ਤੇ ਬੇਕਰਸਫੀਲਡ ਏਰੀਆ ਦੇ ਵਿੱਚ ਤੇ ਉਸਦੇ ਆਲੇ ਦੁਆਲੇ ਕੋਈ ਵੀ ਸੱਜਣ ਮਿੱਤਰ ਆਪਣਾ ਬਿਜਲੀ ਦੇ ਬਿੱਲ ਜ਼ਿਆਦਾ ਆਉਂਦੇ ਨੇ ਤਾਂ ਉਹ ਸੰਪਰਕ ਕਰੋ ਜੀ ਜਤਿੰਦਰ ਸਿੰਘ ਧੂਰ ਹੋਰਾਂ ਦੇ ਨਾਲ 6617541722 6617542 ਦੇ ਉੱਤੇ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਤੁਸੀਂ ਉਹਨਾਂ ਤੋਂ ਸਲਾਹ ਮਸ਼ਵਰਾ ਕਰ ਸਕਦੇ ਹੋ ਕਿਤੇ ਵੀ ਸੋਲਰ ਸਿਸਟਮ ਲਾਉਣਾ। ਕਈ ਵੀਰਾਂ ਦੇ ਮੈਨੂੰ ਕੁਆਇਰੀਜ਼ ਆਈਆਂ ਸੀਗੀਆਂ ਕਿ ਟਰੱਕਾਂ ਦੇ ਉੱਤੇ ਜਿਹੜਾ ਹੈਗਾ ਕਿ ਸੋਲਰ ਸਿਸਟਮ ਤੇ ਏਸੀ ਕਾਮਯਾਬ ਹੈ ਤਾਂ ਤੁਸੀਂ ਉਹਨਾਂ ਨਾਲ ਸੰਪਰਕ ਕਰ ਲਓ। ਵੈਸੇ ਮੈਨੂੰ ਲੱਗਦਾ ਕਿ ਉਹਨਾਂ ਕੋਲੇ ਸਾਰਾ ਸਿਸਟਮ ਹੈਗਾ। 6617541722 ਖਾਸ ਕਰਕੇ ਜਿਹੜੇ ਵੀਰ ਅਮਰੀਕਾ ਦੇ ਵਿੱਚ ਹੋਰ ਕਿਤੇ ਵੀ ਟਰੱਕਰ ਵੀ ਚੱਲਦੇ ਨੇ ਤੇ ਗਰਮੀਆਂ ਦੇ ਵਿੱਚ ਉਹਨਾਂ ਨੂੰ ਹੁੰਦਾ ਕਿ ਜੇਕਰ ਸੋਲਰ ਸਿਸਟਮ ਦੇ ਉੱਤੇ ਏਸੀ ਚੱਲ ਜਾਣ ਤਾਂ ਘੱਟੋ ਘੱਟ ਤੇਲ ਦਾ ਖਰਚਾ ਤਾਂ ਬਚ ਸਕਦਾ, ਚਾਰਜਿੰਗ ਜਿਹੜੀ ਹੈ ਜੇ ਦਿਨੇ ਰੈਸਟ ਕਰਦੇ ਨੇ ਤਾਂ ਉਹਨਾਂ ਦਾ ਫਾਇਦਾ ਹੋ ਸਕਦਾ। ਸੋ 6617541722 ਦੇ ਉੱਤੇ ਜਤਿੰਦਰ ਸਿੰਘ ਧੂਰ ਹੋਰਾਂ ਨਾਲ ਸੰਪਰਕ ਕਰ ਲਓ। ਕੁਲਵੰਤ ਸਿੰਘ ਸਿੱਧੂ, ਸਿੱਧੂ ਟਰੱਕ ਲਾਈਨ ਬੇਕਰਸਫੀਲਡ ਨੂੰ ਸੋਲੋ ਤੇ ਟੀਮ ਡਰਾਈਵਰ ਚਾਹੀਦੇ ਆ ਜੀ। ਸੋ ਓਪਨਿੰਗਸ ਹੈਗੀ ਇਹਨਾਂ ਕੋਲ 6617671188 6617611188 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਤੇ ਮੇਰੇ ਨਾਲ ਸਰਦਾਰ ਜਸਵੀਰ ਸਿੰਘ ਪੱਟੀ ਇਸ ਵਕਤ ਜੁੜ ਗਏ ਨੇ। ਤੇ ਪੱਟੀ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਪੱਟੀ ਸਾਹਿਬ ਆਪਾਂ ਸ਼ੁਰੂਆਤ ਕਰੀਏ ਤਾਂ ਖਬਰਾਂ ਜਿਹੜੀਆਂ ਨੇ ਬੜੀਆਂ ਲਗਭਗ ਆ ਰਹੀਆਂ ਨੇ, ਪਰ ਦਰਦਨਾਕ ਖਬਰ ਆ ਰਹੀ ਹੈ ਫਰੀਦਾਬਾਦ ਤੋਂ ਜਿੱਥੇ ਇੱਕ ਸਿੱਖ ਦੀ ਕੁੱਟਮਾਰ ਕੀਤੀ ਹੈ, ਕੇਸਾਂ ਦੀ ਬੇਅਦਬੀ ਕੀਤੀ ਹੈ। ਪਹਿਲਾਂ ਮੱਧ ਪ੍ਰਦੇਸ਼ ਦੇ ਵਿੱਚ ਹੋਇਆ, ਉੱਥੇ ਪੁਲਿਸ ਨੇ ਕੀਤਾ, ਇੱਥੇ ਲੋਕਾਂ ਨੇ ਕੀਤਾ, ਕੋਈ ਸਾਥ ਨਹੀਂ ਮਿਲ ਰਿਹਾ। ਜਿਹੜੀ ਫਰੀਦਾਬਾਦ ਦੀ ਗੱਲ ਆ ਜੀ, ਇਹ ਸ਼ਨੀਵਾਰ ਰਾਤ ਦੀ ਗੱਲ ਆ। ਫਰੀਦਾਬਾਦ ਦੇ ਵਿੱਚ ਉਹ ਇੱਕ ਸਰਦਾਰਾਂ ਦੇ ਗੁਆਂਢ ਦੇ ਵਿੱਚ ਝਗੜਾ ਹੋ ਰਿਹਾ ਸੀ ਜੀ। ਉਹ ਪਰੇਸ਼ਾਨ ਸੀ, ਉਹਨਾਂ ਨੇ ਪੁਲਿਸ ਨੂੰ ਫੋਨ ਕੀਤਾ, ਭਾਈ ਇੱਥੇ ਝਗੜਾ ਹੋ ਰਿਹਾ, ਆ ਕੇ ਇਹਨਾਂ ਦੀ ਤੁਸੀਂ ਪੁੱਛ ਪੜਤਾਲ ਕਰੋ ਵੀ ਭਾਈ ਇਹ ਕੀ ਗੱਲ ਹੋ ਰਹੀ ਹੈ। ਉਹਦੇ ਵਿੱਚ ਇੱਕ ਜਿਹੜੀ ਉੱਥੋਂ ਦੀ MLA ਬੀਬੀ ਤਿਰਖਾ ਹੈਗੀ, ਉਹਦਾ PA ਸੀ, ਦੂਜੇ ਪਾਸੇ ਦੂਜਾ ਗਰੁੱਪ ਸੀਗਾ। ਤੇ ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਇਸ ਵਿਅਕਤੀ ਨੇ ਜਿਹੜੀ ਉੱਥੇ ਫੋਨ ਕੀਤਾ ਜਾ ਕੇ ਜਾਂ ਉੱਥੇ ਦੱਸ ਕੇ ਆਇਆ, ਤੇ ਉਹਨਾਂ ਨੇ ਫਿਰ ਜਿਹੜੇ ਦੂਸਰੇ ਜਰਾਇਮ ਪੇਸ਼ਾ ਲੋਕ ਨੇ ਜਿਨ੍ਹਾਂ ਦੇ ਅੱਗੇ ਵੀ ਕਈ ਮੁਕੱਦਮੇ ਚੱਲਦੇ ਨੇ, ਅੱਛਾ ਜੀ, ਉਹਨਾਂ ਨੇ ਸਿੱਖ ਦੀ ਕੁੱਟਮਾਰ ਵੀ ਕੀਤੀ, ਉਹਦੇ ਵਾਲ ਵੀ ਖੋਏ, ਬਕਾਇਦਾ ਤੌਰ ਤੇ ਵਾਲਾਂ ਦਾ ਗੁੱਛਾ ਅੱਜ ਵੀ ਉਹਦੇ ਕੋਲੇ ਹੈਗਾ। ਉਹਦੀ ਜਿਹੜੀ CCTV ਕੈਮਰਾ ਚ ਵੀਡੀਓ ਵੀ ਕੁੱਟਮਾਰ ਜਿਹੜੀ ਹੋਈ, ਕੈਦ ਹੋਈ, ਸਭ ਕੁਛ ਹੋਇਆ। ਲੇਕਿਨ SHO ਕਹਿ ਰਿਹਾ ਵੀ ਮੇਰੇ ਕੋਲ 295 ਇਹ ਲਗਾਉਣ ਦੀ ਪਾਵਰ ਨਹੀਂ। ਅੱਛਾ ਜੀ, ਕਿਉਂ, ਕਿਆ ਬਾਤ ਹੈ? FIA ਦਾ ਮਤਲਬ ਕੀ ਹੈ? ਕੱਲ ਨੂੰ SHO ਕਹੇਗਾ ਵੀ ਇੱਥੇ ਕਤਲ ਹੋ ਗਿਆ, ਮੈਂ 302 ਨਹੀਂ ਲਾ ਸਕਦਾ, ਹੈ ਪੋਸੀਬਿਲਿਟੀ ਇਸ ਗੱਲ ਦੀ? ਉਹ ਫਿਰ ਜਦੋਂ ਇਹ ਕੰਮ ਥੋੜਾ ਵਾਇਰਲ ਹੋਇਆ ਸੋਸ਼ਲ ਮੀਡੀਆ ਤੇ, ਫਿਰ ਲੋਕ ਇਕੱਠੇ ਹੋਏ ਸਿੱਖਾਂ ਨੇ ਜਾ ਕੇ ਫਿਰ ਅੱਜ ਘੇਰਾ ਪਾਇਆ ਉੱਥੇ ਆਪਣੇ ਜਿਹੜਾ ਸੀ ACP ਦੇ ਦਫ਼ਤਰ ਨੂੰ, ਉਹ ACP ਜਿਹੜਾ ਉਹ IAS ਅਫਸਰ ਆ, ਉਹਨੂੰ ਜਾ ਕੇ ਦੱਸਿਆ ਭਾਈ ਆਹ ਗੱਲ ਹੈਗੀ, ਤੁਹਾਡਾ SHO ਕਹਿੰਦਾ ਮੇਰੇ ਕੋਲ ਪਾਵਰ ਹੀ ਨਹੀਂ ਹੈਗੀ, ਕਹਿੰਦਾ ਕਿਉਂ ਨੀ ਪਾਵਰ ਹੈਗੀ ਉੱਥੇ। ਜਦੋਂ ਉਹਨੂੰ ਵੀਡੀਓ ਵਿਖਾਈ ਗਈ, ਉਹ ਗੁੱਛਾ ਜਿਹੜੇ ਵਾਲ ਖੋਏ ਗਏ ਸੀ ਉਹ ਵਿਖਾਇਆ ਗਿਆ, ਕੁੱਟਮਾਰ ਨੂੰ ਵਿਖਾਈ ਗਈ, ਤੇ ਉਹਨੇ ਇਮੀਡੀਏਟਲੀ ਕਿਹਾ ਵੀ ਇਹਨਾਂ ਦੇ ਖਿਲਾਫ 295 ਇਹਦੇ ਨਾਲ ਧਾਰਾ ਐਡ ਕਰਕੇ ਤੇ ਬੰਦੇ ਗ੍ਰਿਫ਼ਤਾਰ ਕੀਤੇ ਜਾਣ। ਤੇ ਬੁੱਧਵਾਰ ਸ਼ਾਮ ਤੱਕ ਦਾ ਟਾਈਮ ਦਿੱਤਾ ਵੀ ਜੇ ਬੰਦੇ ਗ੍ਰਿਫ਼ਤਾਰ ਨਾ ਹੋਏ ਤੇ ਫਿਰ ਸਿੱਖ ਉੱਥੇ ਜਿਹੜਾ ਵਾ ਵੱਡਾ ਐਕਸ਼ਨ ਕਰਨ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਕਿੰਨੇ ਸਿੱਖ ਗਏ ਉੱਥੇ ਜੀ? ਫਰੀਦਾਬਾਦ ਦੇ ਵਿੱਚ 120 ਗੁਰਦੁਆਰੇ, 240 ਪ੍ਰਧਾਨ ਨੇ, ਦੱਸੋ ਤੇ ਇੱਕ ਵੀ ਨਹੀਂ ਹੱਕ ਚ ਗਿਆ ਹੋਣਾ, ਇੱਕ ਵੀ ਹੱਕ ਚ ਨਹੀਂ ਗਿਆ। ਲੇਕਿਨ ਲੋਕ ਜਿਹੜੇ ਸੀ ਆਪਣੇ ਲੈਵਲ ਤੇ ਇਕੱਠੇ ਹੋਏ ਤੇ ਉਹਨਾਂ ਜਾ ਕੇ ਰੌਲਾ ਪਾਇਆ, ਤੇ ਫਿਰ ਜਾ ਕੇ ਅਜੇ ਆਸ ਵਧੀ ਆ ਵੀ 295 ਇਹ ਲਾਈ ਜਾਵੇਗੀ ਜੀ। ਲਾਈ ਜਾਂਦੀ ਆ ਜਾਂ ਨਹੀਂ ਲਾਈ ਜਾਂਦੀ, ਤੇ ਉਹ ਬਾਅਦ ਚ ਪਤਾ ਲੱਗੇਗਾ। ਉਹ ਜਰਾਇਮ ਪੇਸ਼ਾ ਲੋਕ ਜਿਹੜੇ ਪੁਲਿਸ ਨਾਲ ਮਿਲੇ ਨੇ, ਪੁਲਿਸ ਨਾਲ ਗੱਲਬਾਤ ਕਰਦੇ, ਪੁਲਿਸ ਦੇ ਜਿਹੜੀ ਸੀ ਉਹ ਤਾਊਤਾ ਕੰਮ ਕਰਦੇ ਜੀ। ਦੂਜੇ ਪਾਸੇ ਜਿਹੜਾ MLA ਆ, MLA ਦੇ PA ਨੇ ਬੜੀ ਮੁਸ਼ਕਿਲ ਨਾਲ ਆਪਣੇ ਮਾਰਕੋ ਦਾ ਪਰਚਾ ਦਰਜ ਕਰਾਇਆ ਉੱਥੇ। ਅੱਛਾ ਜੀ, ਜੇ MLA ਦੀ ਸੁਣਵਾਈ ਨੀ ਸੀ, PA ਨੀ ਸੁਣਵਾਈ, ਸਿੱਖਾਂ ਦੀ ਸੁਣਵਾਈ ਕਿੱਥੋਂ ਹੋਣੀ ਹੈ? ਲੇਕਿਨ ਸਿੱਖਾਂ ਨੇ ਉਸ ACP ਨੂੰ ਸਪਸ਼ਟ ਕਹਿ ਦਿੱਤਾ ਕੀ ਜੇਕਰ ਸਾਨੂੰ ਬੁੱਧਵਾਰ ਸ਼ਾਮ ਤੱਕ ਇਨਸਾਫ਼ ਨਾ ਮਿਲਿਆ ਤਾਂ ਅਸੀਂ ਤੇਰੇ ਬੂਹੇ ਅੱਗੇ ਬੈਠਾਂਗੇ ਜੀ, ਵੱਡੀ ਗਿਣਤੀ ਚ ਬੈਠਾਂਗੇ, ਤੇ ਤੇਰੇ ਸਾਹਮਣੇ ਰੋਡ ਵੀ ਜਾਮ ਕਰਾਂਗੇ। ਜਿਸ ਦਬਕੇ ਤੋਂ ਬਾਅਦ ਫਿਰ ਪੁਲਿਸ ਥੋੜੀ ਜਿਹੀ ਹਿੱਲੀ ਹੈ। ਹੁਣ ਉਹਨਾਂ ਨੇ ਇਹ ਵਾਅਦਾ ਕੀਤਾ ਵੀ 5 ਬੰਦਿਆਂ ਦੇ 22 ਨੇਮ ਪਰਚਾ ਦੇ, ਬਾਕੀ 30-35 ਬੰਦੇ ਹੋਰ ਜਿਨ੍ਹਾਂ ਨੇ ਮਾਰਕ ਟੇਕ ਕੀਤੀ। ਅੱਛਾ ਜੀ,
पांच बंदियां दे उत्ते 300-295 ए लाई जावेगी ते बाकियां दे उत्ते जिहड़ियां छुट्टियां तारा जिहड़ियां माड़ियां मोटियां हैगियां लाई जां बंदे फड़े जांदे कि नहीं फड़े जांदे अणपछाते हैगे की पता लगदा उहनां नूं। लेकिन सवाल यह पैदा होंदा कि सिखां ते हमले क्यों हो रहे जी? ओहदा सिर्फ कारण यही सिख कट्ठे नहीं हुंदे, जे हुण कट्ठे होए आ ते इंसाफ दी आस वधी आ जी। लेकिन उथों दी जिहड़ी वख वख होर लोक ने उहनां भी इन्नी गल कही है भी भाई 120 गुरुद्वारे 240 प्रधान ते इह क्यों नहीं आए जी? क्योंकि प्रॉपर्टी डीलर ने उन्हां रोज जाके काम लेना पुलिस कोलों, कोई बंदे छडाउणे आ कोई फड़ाउणे आ, क्यों होणगे? उह सिर्फ गुरुद्वारे दे प्रधान गोलक तक सीमित ने। बिलकुल जी। हुण अगली गल जिहड़ी चोण दे बयान होणे उत्थे की हो रहा? वकील ने कहा अभी ए 164 दे बयान कोर्ट च होणे आ ते कोर्ट कहिंदी आ पहला अपना कोरोना टेस्ट कराओ, जे तुसी नेगेटिव ते फेर आओ, नहीं ते अपनी तुसी 14 दिन दा बदमाश भोग के आओ। अच्छा जी। ਇਹ ਵੀ ਨਾਲ ਸ਼ਰਤ ਆ ਉੱਥੇ, ਉਸ ਸ਼ਰਤ ਨੂੰ ਵਕੀਲ ਨੇ ਇੰਨੀ ਗੱਲ ਕੀਤੀ ਕਿ ਠੀਕ ਆ, ਕੋਰਟ ਆਪਣੀ ਜਗ੍ਹਾ ਠੀਕ ਆ, ਬੱਬਾ ਪਤਾ ਜਿਹੜਾ ਪੀਰ ਪੱਕਾ ਪਿਆ ਨਾ, ਜਿਹੜੀ ਆ ਨਾ ਮਰਦ ਬਾਜੀ ਕਰੀ ਫਿਰਦੀ ਕੋਰੋਨਾ, ਇਹਦੇ ਬਚਾਓ ਵਾਸਤੇ ਜੇ ਕੋਰੋਨਾ ਟੈਸਟ ਹੋਣਾ ਜ਼ਰੂਰੀ ਹੈ ਜੀ। ਉਹ ਜਿਹੜਾ ਵੀ ਬੰਦਾ ਉੱਥੇ ਜਾਏਗਾ ਜੱਜ ਕੋਲੇ ਪਹਿਲਾਂ ਆਪਣਾ ਕੋਰੋਨਾ ਟੈਸਟ ਦੀ ਰਿਪੋਰਟ ਲੈ ਕੇ ਜਾਏ ਜੀ ਮੈਂ ਨੈਗੇਟਿਵ ਆ, ਫਿਰ ਵੀ ਪੂਰੇ ਪ੍ਰਕੋਸ਼ਨ ਨਾਲ ਉਹਦੇ ਬਿਆਨ ਨੋਟ ਕੀਤੇ ਜਾਣਗੇ 164 ਦੇ ਤਹਿਤ ਵੀ ਮੇਰੇ ਨਾਲ ਹੋਇਆ ਕੀ ਆ ਕੀ ਨਹੀਂ ਹੋਇਆ। 164 ਦੇ ਬਿਆਨ ਇਹ ਹੁੰਦੇ ਵੀ ਮੁੜ ਕੇ ਤੁਸੀਂ ਚੇਂਜ ਨਹੀਂ ਕਰ ਸਕਦੇ। ਹਾਂਜੀ ਹਾਂਜੀ। 161 ਦੇ ਪੁਲਿਸ ਕਰਦੀ 164 ਦੇ ਉਹ ਕਰਦੇ, ਪੁਲਿਸ ਕੋਲ ਤੇ ਹੋ ਗਏ, ਪੁਲਿਸ ਨੇ ਐਫ ਆਈ ਦਰਜ ਕਰਤੀ, ਹੁਣ ਵੇਖੋ ਵੀ 295 ਇਹ ਲੱਗਦੀ ਕਿ ਨਹੀਂ ਲੱਗਦੀ। ਜਿਹੜੇ ਇਹੋ ਜਿਹੇ ਜਰਾਇਮ ਪੇਸ਼ਾ ਲੋਕ ਜਿਨ੍ਹਾਂ ਦੇ ਅੱਗੇ ਕੀ ਮੁਕਦਮੇ ਚੱਲਦੇ ਨੇ ਉਹਨਾਂ ਤੇ ਇੱਕ ਹੋਰ ਦਰਜ ਹੋਊਗਾ। ਸਿੱਖਾਂ ਨੂੰ ਇੱਕੋ ਹੀ ਗੱਲ ਆ ਵੀ ਇਕੱਠੇ ਹੋ ਕੇ ਆਪਣੀ ਜੰਗ ਲੜਨਗੇ ਤੇ ਬਚਣਗੇ, ਨਹੀਂ ਕਰ ਇਕੱਠੇ ਹੋਣਗੇ ਤੇ ਫਿਰ ਇੱਕ ਇੱਕ ਕਰਕੇ ਸਾਰੀ ਫਿਰ ਖਤਮ ਹੋਣਗੇ। ਦੱਸੋ ਆਈ ਆ ਜੀ ਹਾਲ ਕੀ ਕਰੋਗੇ ਇਹਨਾਂ ਦਾ? ਜੀ ਜੀ ਹਾਲ ਤਾਂ ਜੇ ਇਹੀ ਇਕੱਠੇ ਹੋ ਜਾਂਦੇ ਸਾਡੀ ਕੌਮ ਦਾ ਨੁਕਸਾਨ ਕੀ ਹੁੰਦਾ ਜੀ ਪੱਟੀ ਸਾਹਿਬ? ਜੀ 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 ਜੀ। ਪਰ ਹੁਣ ਜਦੋਂ ਆਪਾਂ ਤਾਂ ਉਲਝੇ ਫਿਰਦੇ ਆ ਰਾਗੀਆਂ ਦੀਆਂ ਜਿਹੜੇ ਆ ਸ਼ਿਕਾਇਤਾਂ ਦੇ ਵਿੱਚ ਤੇ ਉੱਥੇ ਇਨਸਾਫ਼ ਨਹੀਂ ਮਿਲਦਾ ਤੇ ਆਪਾਂ ਤਾਂ ਪੁਲਿਸ ਤੋਂ ਇਨਸਾਫ਼ ਮੰਗਦੇ ਹਾਂ ਜਦੋਂ ਸਾਡੀ ਆਪਦੀਆਂ ਕਮੇਟੀਆਂ ਚ ਨਹੀਂ ਮਿਲਦਾ। ਇਹ ਜਾਮਨੇ ਵਾਲੀ ਤੋਂ ਰਾਗੀ ਦਾ ਪਹਿਲਾ ਕੇਸ ਨਹੀਂ ਹੈਗਾ। ਇੱਕ ਭੁਪਿੰਦਰ ਸਿੰਘ ਹੁੰਦੇ ਸੀ ਹੈਡ ਗ੍ਰੰਥੀ, ਬਾਅਦ ਦੇ ਵਿਚ ਉਹ ਐਮ ਪੀ ਵੀ ਬਣੇ ਅਕਾਲ ਤਖ਼ਤ ਦੇ ਜਸੋ ਵੀ ਜੀ, ਤੇ ਭੁਪਿੰਦਰ ਸਿੰਘ ਹੁੰਦੇ ਸੀਗੇ ਤੇ ਉਹ ਹੈਡ ਗ੍ਰੰਥੀ ਤੇ ਉਹਨਾਂ ਦੀ ਲਾਗਤਬਾਜੀ ਸੀ ਇੱਕ ਭੰਗੜ ਭੰਗੜ ਕਹਿੰਦੇ ਕਰਤਾ ਰਾਗੀ ਕਰਤਾਰ ਸਿੰਘ ਭੰਗੜ। ਅੱਛਾ ਜੀ। ਉਹ ਭੰਗ ਭੁੰਗ ਸਕਦੇ ਦਾ ਤੇ ਰਾਗੀ ਬੜਾ ਟੌਪ ਦਾ ਸੀ ਤੇ ਉਹ ਜਦੋਂ ਵੀ ਇਹਦੀ ਵਾਰੀ ਆਉਂਦੀ ਸੀ ਤੇ ਉਧਰ ਭੁਪਿੰਦਰ ਸਿੰਘ ਬੈਠਾ ਹੁੰਦਾ ਸੀ ਤੇ ਦੋਵੇਂ ਇੱਕ ਦਿਨ ਨਾਹੀ ਵਾਂਗ ਵੇਹਦੇ ਜਿਵੇਂ ਗਲ ਪੈ ਜਾਣਾ ਹੁੰਦਾ ਜੀ। ਹੁਣ ਜਿਹੜਾ ਭੰਗੜ ਸੀ ਉਹ ਤੇਜ਼ ਸੀਗਾ ਕਿ ਉਦੋਂ ਰਾਗੀਆਂ ਦੀ ਗਿਣਤੀ ਸਿਰਫ 4-5 ਹੁੰਦੀ ਸੀ ਦਰਬਾਰ ਸਾਹਿਬ ਤੇ, ਅੱਜ 100-150 ਜੱਥਾ ਕਰ ਜਾਂਦੇ ਰਾਗੀਆਂ ਨੇ ਜੀ। ਜਿਹੜਾ ਕਹਿੰਦਾ ਇਹਨੂੰ ਪਾਸੇ ਕਰੋ ਤੇ ਮੇਰੀ ਡਿਊਟੀ ਲਾਓ, ਇਹਨੂੰ ਪਾਸੇ ਕਰੋ ਮੇਰੀ ਡਿਊਟੀ ਲਾਓ, ਜਿਹਦੇ ਕਰਕੇ ਉਹਨਾਂ ਦਾ ਫੈਸਲਾ ਦੇ ਕੇ ਹੋ ਰਿਹਾ। ਉਹ ਭੰਗੜ ਨੇ ਕੀ ਕਰਨਾ ਵੀ ਜਦੋਂ ਉਹਨੇ ਬੈਠੇ ਹੋਣਾ ਆਪਣੇ ਨੇ ਭੁਪਿੰਦਰ ਸਿੰਘ ਨੇ ਹੈਡ ਗ੍ਰੰਥੀ ਨੇ ਤੇ ਉਹਨੇ ਸ਼ਬਦ ਕੀ ਦੋਣਾ ਕੁੱਤਾ ਰਾਜ ਬਹਾਲੀ ਫਿਰ ਚੱਕੀ ਚੱਕੀ ਚੱਕੇ। ਦੱਸੋ ਜੀ ਉਹਨੇ ਉਧਰ ਹੱਥ ਕਰਕੇ ਕਿਹੜਾ ਮੁਰਗਿਲਾ ਕੁੱਤਾ ਰਾਜ ਬਹਾਲੀ ਤੇ ਚੱਕੀ ਚੱਟੇ। ਜਦੋਂ ਉਹਨੇ ਸ਼ਬਦ ਲਾਉਣਾ ਉਹਨੇ ਫਿਰ ਦੁਖੀ ਹੋ ਕੇ ਸ਼ਿਕਾਇਤ ਕੀਤੀ ਐਸ ਡੀ ਪੀ ਸੀ ਦੇ ਮੈਨੇਜਰ ਨੂੰ ਵੀ ਭਾਈ ਮੇਰੇ ਨਾਲ ਇਹ ਅਭਿਆਸ ਕਰਦਾ ਹੈ। ਅੱਛਾ ਜੀ। ਮੈਂ ਹੈਡ ਗ੍ਰੰਥੀ ਆ। ਉਹ ਹੈਡ ਗ੍ਰੰਥੀ ਉਹਨੂੰ ਬੁਲਾ ਲਿਆ ਗਿਆ ਐਸ ਡੀ ਨੂੰ, ਤੂੰ ਆਹ ਸ਼ਬਦ ਲਾਉਣਾ ਕਹਿੰਦਾ ਬਿਲਕੁਲ ਲਾਉਣਾ ਜੀ, ਮੈਨੇਜਰ ਸਾਹਿਬ ਲਿਖ ਕੇ ਦੇ ਦਿਓ ਕਿ ਤੁਸੀਂ ਇਹ ਜਿਹੜੀ ਗੁਰਬਾਣੀ ਨਹੀਂ ਹੈਗੀ ਮੈਂ ਨਹੀਂ ਲਾਉਂਦਾ ਜੀ, ਜੇ ਗੁਰਬਾਣੀ ਤੇ ਫਿਰ ਤੇ ਲਾਊਗਾ ਨਾ ਮੈਂ। ਉਹਨੇ ਕਿਹਾ ਵੀ ਅਸੀਂ ਤੇਰਾ ਕੁਛ ਨੀ ਕਰ ਸਕਦੇ, ਤੈਨੂੰ ਸਮਝਾ ਦਿੰਦੇ ਵੀ ਜਦੋਂ ਇਹ ਬੈਠਾ ਹੁੰਦਾ ਤੂੰ ਇਹ ਸ਼ਬਦ ਨਾ ਲਾਇਆ। ਅੱਛਾ ਜੀ। ਤੇ ਰਾਗੀਆਂ ਕੋਲ ਹੁਣ ਇੱਕੋ ਰਹਿ ਗਿਆ ਵੀ ਜਦੋਂ ਉਹਨਾਂ ਦੀ ਉਹ ਮਿੱਠਾ ਹੁੰਦਾ ਹੈ ਗ੍ਰੰਥੀ ਤੇ ਘੁਰਾ ਲਾਈ ਜਾਣ ਕੁੱਤਾ ਰਾਜ ਬਾਲੀ ਵਿੱਚ ਚੱਕੀ ਚੱਟੇ ਤਾਂ ਕਿ ਉਹਨਾਂ ਮਨ ਨੂੰ ਕੋਈ ਸ਼ਾਂਤੀ ਮਿਲ ਸਕੇ, ਜਾਂ ਤਾਂ ਉੱਥੇ ਪੱਗਾਂ ਪੁੱਗਾਂ ਲੈਣਗੀਆਂ ਜਾਂ ਗਾਲਾਂ ਪਾਈ ਹੋਣਗੇ ਕੁਛ ਹੋਊਗਾ। ਲੇਕਿਨ ਹਾਲ ਦੀ ਕੜੀ ਜਿਹੜੀ ਦਰਖਾਸਤ ਉਹਨਾਂ ਅਕਾਲ ਤਖ਼ਤ ਤੇ 4 ਅਗਸਤ ਨੂੰ ਦਿੱਤੀ ਸੀ ਵੀ ਸਾਡੇ ਨਾਲ ਜਿਆਦਤੀ ਹੋ ਰਹੀ ਆ, ਸਾਡੇ ਤੇ ਜਿਹੜਾ ਅਸੀਂ ਦਬਾਅ ਪਾਇਆ ਜਾ ਰਿਹਾ ਵਾ, ਸਾਡੀ ਬੇਇੱਜ਼ਤੀ ਕੀਤੀ ਜਾ ਰਹੀ ਹੈ, ਸਾਨੂੰ ਇਨਸਾਫ਼ ਦਿੱਤਾ ਜਾਵੇ ਜੀ। ਉਹ ਰਾਗੀਆਂ ਨੇ ਜਿੰਨੀ ਗੱਲ ਕਹੀ ਆ ਉਹਨਾਂ ਕਹੀ, ਹੁਣ ਸੰਗਤ ਦੀ ਕਚਹਿਰੀ ਚਲੇ ਗਏ ਅਸੀਂ ਜੀ। ਇਹਦੇ ਵਿੱਚ ਜਿਹੜਾ ਅਕਾਲ ਤਖ਼ਤ ਤੋਂ ਕਹਿੰਦੇ ਆ ਜੀ ਸ਼੍ਰੋਮਣੀ ਕਮੇਟੀ ਦੀ ਸਬ ਕਮੇਟੀ ਬਣਾਈ, ਸਬ ਕਮੇਟੀ ਨੇ ਇਹਨਾਂ ਨੂੰ ਤਲਬ ਕੀਤਾ ਰਾਗੀਆਂ ਨੂੰ ਵੀ ਆ ਕੇ ਆਪਣਾ ਪੱਖ ਰੱਖੋ ਤੇ ਇਹਨਾਂ ਜਾਗਤਾਂ ਦਾ ਆਪਣਾ ਪੱਖ ਰੱਖਿਆ ਉੱਥੇ ਜੀ।
ਜਦੋਂ ਪੱਖ ਰੱਖਿਆ ਤੇ ਉਹ ਕਹਿੰਦੇ ਜੀ, ਉਹ ਕਹਿੰਦੇ ਤੁਹਾਨੂੰ ਅਸੀਂ ਕੋਈ ਤੁਹਾਡਾ ਫੈਸਲਾ ਨਹੀਂ ਸੁਣਾ ਸਕਦੇ ਕਿਉਂਕਿ ਮਾਮਲਾ ਅਕਾਲ ਤਖ਼ਤ ਤੇ ਅਕਾਲ ਤਖ਼ਤ ਸੁਣਾਏਗਾ। ਜੇ ਅਕਾਲ ਤਖ਼ਤ ਕਹਿੰਦਾ ਸ਼੍ਰੋਮਣੀ ਕਮੇਟੀ ਕੋਲੇ, ਹੁਣ ਤਾਂ ਮਲਪੂਰ ਸਿੰਘ ਮਾਮਲਾ ਪਿਆ, ਨਾ ਉਹ ਕੁਛ ਕਰਦੇ ਨਾ ਉਹ ਕੁਛ ਕਰਦੇ। ਇਹਦਾ ਮਤਲਬ ਦੋਵੇਂ ਹੀ ਹੈੱਡ ਗ੍ਰੰਥੀ ਦੇ ਅੱਗੇ ਬੌਣੇ ਨੇ। ਜੀ ਜੀ ਜੀ। ਚਾਹੀਦਾ ਜਥੇਦਾਰ ਨੂੰ ਇਹ ਚਾਹੀਦਾ ਸੀ ਵੀ ਬੜੇ ਸਤਿਕਾਰ ਨਾਲ ਹੈੱਡ ਗ੍ਰੰਥੀ ਸਾਹਿਬ ਨੂੰ ਬੁਲਾਉਂਦਾ, ਜਿਹੜੇ ਰਾਗੀ ਸੀ ਪੰਜ ਚਾਰ ਜਿਹੜੇ ਮੇਨ ਸੀ ਉਹਨੂੰ ਬੁਲਾ ਕੇ ਉਹਨਾਂ ਨੂੰ ਕਹਿੰਦਾ, ਭਾਈ ਆਹ ਵੇਖੋ ਗੱਲ ਆ, ਜੇ ਤੁਹਾਡੀ ਆਪਸੀ ਚ ਗੱਲ ਤਾਂ ਬਹਿ ਕੇ ਕਰ ਲੋ, ਇਹ ਗੱਲ ਨਾ ਹੋਵੇ। ਹੁਣ ਰਾਗੀ ਇਹ ਗੱਲ ਕਹਿੰਦੇ ਆ ਵੀ ਕਿਤੇ ਸਾਡੇ ਕੋਲ ਗਲਤੀ ਹੋਵੇ, ਕਹਿ ਕਹਿ ਦੀ ਗਲਤੀ ਹੋ ਜਾਵੇ, ਜਿਹੜੇ ਬਾਕੀ ਸਾਡੇ ਸਿੰਘ ਸਾਹਿਬ ਉਹ ਲਿਖ ਕੇ ਭੇਜਦੇ ਵੀ ਭਾਈ ਇਹ ਗਲਤੀ ਨੂੰ ਠੀਕ ਕਰੋ। ਕਈ ਸਾਨੂੰ ਬਾਅਦ ਚ ਫੋਨ ਤੇ ਵੀ ਕਹਿ ਦਿੰਦੇ, ਕਈ ਬਾਅਦ ਚ ਵੀ ਕਹਿ ਦਿੰਦੇ, ਤੇ ਇਹ ਸਾਨੂੰ ਉੱਥੇ ਕਹਿੰਦਾ ਕੀਰਤਨ ਕਰਦੇ ਹੋਏ ਚੌੜਿਆ ਤੈਨੂੰ ਪਤਾ ਕੀ ਕਰਦਾ। ਜੇ ਮਤਲਬ ਇਹੋ ਜਿਹੀਆਂ ਗੱਲਾਂ ਕਰਨੀਆਂ ਤੇ ਇਹ ਮਾੜੀ ਗੱਲ ਆ, ਹੈੱਡ ਗ੍ਰੰਥੀ ਵਾਸਤੇ ਮਾੜੀ ਆ ਤੇ ਗ੍ਰੰਥੀਆਂ ਨੂੰ ਰਾਗੀਆਂ ਨੂੰ ਵੀ ਨਹੀਂ ਚਾਹੀਦਾ ਵੀ ਏਦਾਂ ਕਰ। ਹੁਣ ਇਹਨੇ ਦਬਾਏ ਗਏ ਨੇ, ਉਹ ਕਹਿੰਦੇ ਸਾਡਾ ਹੁਣ ਮਾਮਲਾ ਸੰਗਤ ਦੀ ਕਚਹਿਰੀ ਚ, ਸੰਗਤ ਫੈਸਲਾ ਕਰੇ। ਦੂਜੇ ਪਾਸੇ ਰਾਗੀ ਸਾਹਿਬ ਹੈੱਡ ਗ੍ਰੰਥੀ ਸਾਹਿਬ ਕਹਿੰਦੇ ਜੀ ਮੈਂ ਕਦੀ ਇਹਨਾਂ ਨਾਲ ਬਦਤਮੀਜ਼ੀ ਨਹੀਂ ਕੀਤੀ, ਜੇ ਗਲਤੀ ਕਰਦੇ ਤੇ ਉਹ ਸਮਝਾਉਣਾ ਮੇਰਾ ਫਰਜ਼ ਬਣਦਾ, ਬਿਲਕੁਲ ਫਰਜ਼ ਬਣਦਾ, ਸਮਝਾਉਣਾ ਚਾਹੀਦਾ। ਨਾਲ ਉਹ ਪੜੀ ਰਹਿੰਦੇ ਵੀ ਜਿਹੜਾ ਪਹਿਲੇ ਗਿਆਨੀ ਮੋਹਨ ਸਿੰਘ ਜੀ ਘੱਟ ਕਰਦੇ ਸੀ, ਲੇਕਿਨ ਰਾਲੀ ਰਾਗੀ ਇਹ ਗੱਲ ਕਹਿੰਦੇ ਵੀ ਟੋਕਦੇ ਨਹੀਂ ਸੀ, ਉਹ ਵੀ ਲਿਖ ਕੇ ਭੇਜ ਦਿੰਦੇ ਸੀ। ਬਾਅਦ ਦੇ ਵਿੱਚ ਕਹਿੰਦੇ ਕਾਕਾ ਤੂੰ ਗਲਤੀ ਕਰਦਾ, ਉਹ ਧਿਆਨ ਨਾਲ ਕੀਰਤਨ ਕਰਿਆ ਕਰ, ਸਾਨੂੰ ਕੋਈ ਇਹਦੇ ਚ ਗਿਲਾ ਨੀ। ਜੇ ਏਦਾਂ ਕਹਿਣਗੇ ਅਸੀਂ ਇਹਨਾਂ ਨੂੰ ਮੰਨਣ ਨੂੰ ਤਿਆਰ ਆ, ਅੱਜ ਵੀ ਮੰਨਣ ਨੂੰ ਤਿਆਰ ਅਸੀਂ ਇਹਨਾਂ ਨਾਲ, ਲੇਕਿਨ ਅਸੀਂ ਬੇਇੱਜ਼ਤੀ ਨਹੀਂ ਕਰਾਵਾਂਗੇ। ਅਸੀਂ ਵੱਡੀ ਗੱਲ ਨੌਕਰੀ ਛੱਡਣੇ ਵਰਗੀ ਹੋਊਗਾ। ਬਿਲਕੁਲ ਜੀ। ਅੱਜ ਦੀ ਡੇਟ ਚ ਕਹਿੰਦੇ ਜੇ ਰਾਗੀ ਦਰਬਾਰ ਸਾਹਿਬ ਦੇ ਇਹਨਾਂ ਦੀ ਮਹੀਨਾ ਮਹੀਨਾ ਪਹਿਲਾਂ ਬੁਕਿੰਗ ਹੁੰਦੀ ਆ, ਭਾਈ ਮਹੀਨਾ ਪਹਿਲਾਂ ਬੁਕਿੰਗ ਕਰਾਓ ਜੇ ਬੁੱਕ ਹੋ ਜਾਣਾ। ਇਸ ਕਰਕੇ ਉਹਨਾਂ ਨੇ ਅੱਜ ਆਪਣੀ ਫਰਿਆਦ ਕੀਤੀ ਆ ਤੇ ਫਰਿਆਦ ਸੁਣੀ ਨੀ ਗਈ। ਅਕਾਲ ਤਖ਼ਤ ਨੇ ਕਹਿਤਾ ਸ਼੍ਰੋਮਣੀ ਕਮੇਟੀ ਕਰੇ, ਸ਼੍ਰੋਮਣੀ ਕਮੇਟੀ ਕਰੀ ਅਕਾਲ ਤਖ਼ਤ ਕਰੇ, ਇਹਦੇ ਚ ਭਾਣੇ ਚ ਉਹਨਾਂ ਨੇ ਅੱਜ ਕਹਿ ਦਿੱਤਾ ਵੀ ਸਾਡੀ ਹੁਣ ਜਿਹੜੀ ਫਰਿਆਦ ਉਹ ਸੰਗਤ ਦੇ ਵਿੱਚ ਹੈ। ਹੁਣ ਸੰਗਤ ਜਿਹੜੀ ਸਭ ਤੋਂ ਪੂਰੀ ਸੰਗਤ ਸਾਨੂੰ ਇਨਸਾਫ਼ ਦੇਵੇ, ਲੇਕਿਨ 24 ਅਗਸਤ ਨੂੰ ਪਤਾ ਲੱਗਾ ਵੀ ਅਕਾਲ ਤਖ਼ਤ ਤੇ ਪੰਜ ਸਿੰਘ ਸਾਹਿਬ ਦੀ ਮੀਟਿੰਗ, ਸ਼ਾਇਦ ਉਹਦੇ ਵਿੱਚ ਇਹ ਮੁੱਦਾ ਉੱਠੇਗਾ। ਨਾਲ 267 ਸਰੂਪਾਂ ਦੀ ਜਿਹੜੀ ਅੱਜ ਡੇਟ ਖਤਮ ਹੋ ਗਈ ਉਹਨਾਂ ਦੀ, 1 ਮਹੀਨਾ ਪੂਰਾ ਹੋ ਗਿਆ ਉਹਨਾਂ ਦਾ, ਉਹਨਾਂ ਨੇ ਤੱਕ ਰਿਪੋਰਟ ਸੌਂਪੀ ਨੀ। ਉਮੀਦ ਆ 2-4-5 ਦਿਨ ਹੋਰ ਲੈਣਗੇ ਉਹ ਰਿਪੋਰਟ ਸੌਂਪ ਦੇਣਗੇ। 24 ਨੂੰ ਫਿਰ ਰਾਗੀਆਂ ਦੀ ਜਾਂ ਇਹ ਆ ਇਹ ਸਾਰੀ ਉੱਥੇ ਸੁਣਵਾਈ ਹੋਵੇਗੀ। ਜੇ ਸੁਣਵਾਈ ਹੁੰਦੀ ਕੋਈ ਫੈਸਲਾ ਹੁੰਦਾ ਕਿ ਘੱਟੇ ਕੁੜੀਆਂ ਲਾਏ ਜਾਂਦੇ ਆ, ਇਹਦੇ ਬਾਰੇ ਕੋਈ ਜਾਣਕਾਰੀ ਨਹੀਂ। ਜੀ ਕਾਲ ਲੈ ਲਈਏ ਜੀ 98-57 ਤੇ ਆਉਂਦੇ ਰਹੋ। ਸਤਿ ਸ੍ਰੀ ਅਕਾਲ ਜੀ। ਲਓ ਜੀ ਵੀਰ ਜੀ ਸਤਿ ਸ੍ਰੀ ਅਕਾਲ। 98-57 ਤੇ ਆਉਂਦੇ ਰਹੋ। 98-57 ਤੇ ਆਉਂਦੇ ਰਹੋ ਜੀ ਤੁਸੀਂ। ਚਲੋ ਦੂਜੀ ਵਾਰੀ ਕਾਲ ਆਈ ਸੀ ਤੇ ਕੋਈ ਗੱਲ ਨੀ ਜੀ, ਥੋੜਾ ਜਿਹਾ ਧਿਆਨ ਰੱਖਿਆ ਕਰੋ ਜਿਹੜੇ ਵੀਰ ਇੱਥੇ ਆਉਂਦੇ ਨੇ ਤੇ ਕਿਰਪਾ ਕਰਕੇ ਆਪਾਂ। ਤੇ ਹੁਣ ਆਪਾਂ ਆਈਏ ਜੀ ਇੱਕ ਦਮਦਮੀ ਟਕਸਾਲ ਦੇ PRO ਸਰਚਾਂਦ ਸਿੰਘ ਨੂੰ, ਕਹਿੰਦੇ 22 ਅਗਸਤ ਨੂੰ ਕਾਲ ਤਖ਼ਤ ਤੇ ਤਲਬ ਕੀਤਾ ਗਿਆ ਜੀ, ਕੀ ਮਾਮਲਾ ਜੀ? ਮਾਮਲਾ ਇਹ ਹੈ ਜੀ, ਮਾਨਯੋਗ ਸਰਦਾਰ ਸਰਚਾਂਦ ਸਿੰਘ ਹੋਰੀ ਜਿਹੜੇ ਆ ਪਹਿਲਾਂ ਜਦੋਂ ਨਵੇਂ ਨਵੇਂ ਸਰਦਾਰ ਬਿਕਰਮ ਸਿੰਘ ਜੀਠੀ ਆਏ ਸੀ ਇਹਨਾਂ ਨਾਲ ਜੁੜੇ ਸੀ ਜੀ, ਉਹਨਾਂ ਨਾਲ ਜੁੜ ਕੇ ਉਹਨਾਂ ਦਾ PRO ਦਾ ਕੰਮ ਕਰਦੇ ਸੀ, ਉਹਨਾਂ ਦਾ PA ਦਾ ਵੀ ਕੰਮ ਕਰਦੇ ਸੀ, ਉਹਨਾਂ ਦੀਆਂ ਬੁੱਤੀ ਨੱਤੀਆਂ ਵੀ ਕਰਦੇ, ਸਭ ਕੁਛ ਕਰਦੇ ਸੀ ਜੀ। ਇਹਨਾਂ ਨੂੰ ਉਹਦੇ ਬਦਲੇ ਵਿੱਚ ਸ਼੍ਰੋਮਣੀ ਖਾਲਸਾ ਕਾਲਜ ਦਾ ਜਿਹੜਾ ਸੀ ਸਾਡੀ ਪ੍ਰਬੰਧਕ ਕਮੇਟੀ ਉਹਦਾ ਮੈਂਬਰ ਬਣਾਇਆ ਗਿਆ ਜੀ। ਬੜੇ ਅਫਸੋਸ ਦੀ ਗੱਲ ਆ ਦਾਨੇਵਾਲੀਆ ਸਾਹਿਬ, SGPC ਦੀ ਸਾਰੇ ਗੱਲ ਕਰਦੇ ਵੀ ਬਾਦਲਾਂ ਦਾ ਕਬਜ਼ਾ ਖਤਮ ਕੀਤਾ ਜਾਵੇ, ਬਾਦਲਾਂ ਦਾ ਕਬਜ਼ਾ ਖਤਮ ਕੀਤਾ ਜਾਵੇ, ਲੇਕਿਨ ਸਾਡੀਆਂ ਜਿਹੜੀਆਂ ਵਿਦਿਅਕ ਸੰਸਥਾਵਾਂ ਜੀ ਜੀ ਉਹਨਾਂ ਤੇ ਅੱਜ ਵੀ ਅੰਗਰੇਜ਼ਾਂ ਦੇ ਟਾਊਟਾਂ ਦਾ ਕਬਜ਼ਾ, ਉਸ ਪਾਸੇ ਕਿਸੇ ਦਾ ਧਿਆਨ ਨਹੀਂ ਹੈਗਾ। ਅੱਜ ਵੀ ਜੋ ਉਸ ਟਾਈਮ ਤੇ ਹੁੰਦਾ ਸੀ ਉਹ ਕੁਛ ਹੋ ਰਿਹਾ, ਉਹ ਵੀ ਜਿਹੜੀਆਂ ਸੰਸਥਾਵਾਂ ਆਜ਼ਾਦ ਕਰਾ ਕੇ ਜਿਹੜੇ ਕੋਈ ਨਿਰਪੱਖ ਬੰਦੇ ਉਹਨਾਂ ਦੇ ਹਵਾਲੇ ਕੀਤੇ ਜਾਣੇ ਜੀ, ਪ੍ਰਬੰਧ ਤੇ ਚੱਲ ਸਕਦੇ। ਹੁਣ ਸਰਚਾਂਦ ਸਿੰਘ ਹੋਈ ਉੱਥੇ ਮੈਂਬਰ ਬਣ ਕੇ, ਮੈਂਬਰ ਬਣਨ ਤੋਂ ਬਾਅਦ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਵਿਕਰਮ ਜੀਠੇ ਨੇ ਵਿਗੜ ਗਈ ਤੇ ਇਹ ਮੁੜ ਕੇ ਜਦੋਂ ਪ੍ਰਤਾਪ ਸਿੰਘ ਬਾਜਵਾ ਬਣੇ ਕਾਂਗਰਸ ਦੇ ਪ੍ਰਧਾਨ, ਉਹਨਾਂ ਕੋਲ ਜਾ ਕੇ ਉਹਨਾਂ ਦੇ PRO ਬਣ ਗਏ ਜੀ। ਜਦੋਂ ਉਹ ਪ੍ਰਧਾਨ ਲੈ ਗਏ ਤੇ ਇਹ ਫਾਰਮ ਡੈਪੂਟੇਸ਼ਨ ਲੈ ਗਿਆ ਸੀ ਵਾਪਸ ਫਿਰ ਮਜੀਠੀ ਸਭ ਕੋਲ ਆ ਗਏ, ਪਰ ਇਹਨਾਂ ਦੀ ਬਹੁਤੀ ਸੁਣਵਾਈ ਨੀ, ਉਸੇ ਵਿੱਚ ਇਹਨਾਂ ਦੀ ਮੈਂਬਰੀ ਵੀ ਚਲੀ ਗਈ, ਸਭ ਕੁਛ ਹੋ ਗਿਆ ਜੀ। ਹੁਣ ਇਹ ਫਿਰ ਥੋੜਾ ਸਮਾਂ ਮਜੀਠੀ ਸਾਹਿਬ ਕੋਲ ਰਹਿਆ, 7-8 ਮਹੀਨੇ ਤੋਂ ਪਹਿਲਾਂ ਉਹਨਾਂ ਨੇ ਫਿਰ ਭਜਾ ਦਿੱਤਾ, ਭਾਈ ਤੇਰੀ ਲੋੜ ਨੀ ਸਾਨੂੰ ਹੈਗੀ, ਤੂੰ ਆਪਣਾ ਕੰਮ ਕਰ, ਸਾਨੂੰ ਆਪਣਾ ਕਰ ਜੀ।
ਇਹ ਦਮਦਮੀ ਟਕਸਾਲ ਦੇ ਪੀ ਆਰ ਓ ਲਾਗੇ ਉਹਨਾਂ ਦੇ ਪ੍ਰੈਸ ਰੂਮ ਬਣਾ ਕੇ ਭੇਜਣੇ, ਉਹਨਾਂ ਦਾ ਕੰਮ ਕਰਨਾ, ਕਰੋ ਜੀ ਸਦਕੇ ਕਰੋ, ਕਰਨਾ ਚਾਹੀਦਾ ਜੀ। ਇਹਦੇ ਵਿੱਚ ਹੀ ਆਪਾਂ ਸੁੱਚਾ ਸਿੰਘ ਲੰਗਾਹ ਦੀ ਗੱਲ ਕੀਤੀ ਸੀ ਵੀ ਸੁੱਚਾ ਸਿੰਘ ਲੰਗਾਹ ਨੇ ਜਾ ਕੇ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਭਾਈ ਮੇਰਾ ਕੋਈ ਹੱਲ ਕਰੋ, ਮੈਂ ਆਪਣੀਆਂ ਤਿੰਨ ਦਰਖਾਸਤਾਂ ਖਿਮਾ ਜਾਖਣੀ ਅਕਾਲ ਤਖ਼ਤ ਤੇ ਦੇ ਚੁੱਕਾ ਵਾ, ਮੇਰੀ ਕੋਈ ਸੁਣਵਾਈ ਨੀ ਹੋ ਰਹੀ। ਉਹਨੇ ਆਪਣੇ ਬਾਪੂ ਨਾਲ ਗੱਲ ਕੀਤੀ ਤੇ ਬਾਪੂ ਤੇ ਸੁਖਬੀਰ ਨੇ ਦੋਵੇਂ ਹੱਥ ਜੋੜਦੇ ਲੰਗਾਹ ਸਾਹਿਬ ਜਿੰਨੀ ਨਾਤੀ ਉਹਨਾਂ ਪੁੰਨ, ਤੁਸੀਂ ਆਪਣਾ ਕੰਮ ਕਰੋ, ਸਾਨੂੰ ਆਪਣਾ ਕਰਨ ਦਿਓ, ਅੱਜ ਤੁਹਾਡੀ ਮਦਦ ਕਰਦੇ ਤੇ ਅਸੀਂ ਤਾਂ ਅੱਗੇ ਸੰਕਟ ਤੁਰੇ ਫਿਰਦੇ ਹਾਂ, ਅੱਗੇ ਹਾਸ਼ੀਏ ਤੇ ਹੋਰ ਅਸੀਂ ਚੱਲ ਜਾਂਗੇ। ਹੁਣ ਸੁੱਚਾ ਸਿੰਘ ਲੰਗਾਹ ਕੋਲ ਰਸਤਾ ਨੀ ਸਹਿ ਗਿਆ, ਜੋ ਸੁਣ ਚ ਆਇਆ ਉਹ ਆਪ ਹੀ ਉਹ ਮਜੀਠੀਆ ਸਾਹਿਬ ਕੋਲ ਗਏ ਤੇ ਮਜੀਠੀਆ ਸਾਹਿਬ ਨੇ ਫਿਰ ਕਿਹਾ ਕੋਈ ਰਸਤਾ ਖੜ ਦਿੰਦੇ ਜੀ। ਉਹਦੇ ਵਿੱਚ ਹੀ ਫਿਰ ਇਹਨਾਂ ਨੂੰ ਅੰਮ੍ਰਿਤ ਛਕਾਇਆ ਗਿਆ, ਜਿਹੜਾ ਬਾਬਾ ਬੰਦਾ ਸਿੰਘ ਗੁਰਦਾਸ ਸਿੰਘ ਦੀ ਗੜੀ ਗੁਰਦੁਆਰਾ ਹੈਗਾ ਸ਼ਹੀਦੀ ਗੁਰਦੁਆਰਾ, ਉੱਥੇ ਇਹਨਾਂ ਨੂੰ ਅੰਮ੍ਰਿਤ ਛਕਾਇਆ ਗਿਆ। ਅੰਮ੍ਰਿਤ ਛਕਾਉਣ ਤੋਂ ਪੰਜ ਜਿਹੜੇ ਪਿਆਰੇ ਸੀ ਉਹਨਾਂ ਨੇ ਤਨਖਾਹ ਲਾਤੀ ਵੀ ਤੁਹਾਡੇ ਕੋਲ ਕੁਤਾਹੀ ਹੋਈ ਆ, ਤੁਸੀਂ ਆਪਣੀ ਗਲਤੀ ਮਹਿਸੂਸ ਕੀਤੀ ਆ, ਤੁਹਾਨੂੰ 21 ਦਿਨ ਵਾਸਤੇ ਇਸੇ ਗੁਰਦੁਆਰੇ ਦੇ ਵਿੱਚ ਝਾੜੂ ਫੇਰਨ ਦੀ, ਸੰਗਤਾਂ ਦੇ ਜੂਠੇ ਬਰਤਨ ਸਾਫ਼ ਕਰਨ ਦੀ ਤੇ ਸੰਗਤਾਂ ਦੇ ਜੋੜੇ ਝੜ ਦੀ ਸੇਵਾ ਲਾਈ ਜਾਂਦੀ, ਤੁਸੀਂ ਸੇਵਾ ਕਰੋ। ਉਹਦੇ ਵਿੱਚ ਸਭ ਤੋਂ ਵੱਡਾ ਰੋਲ ਇਹ ਗੱਲ ਸੀ ਸਾਡੇ ਮਾਨਯੋਗ ਸਤਿਆਨ ਸਿੰਘ ਜਿਹੜੇ ਅੱਜ ਕੱਲ ਪੀਆਰਓ ਦਮਦਮੀ ਟਕਸਾਲ, ਅੱਛਾ ਜੀ, ਇਹ ਗਏ ਇਹਨਾਂ ਜਾ ਕੇ ਸੁੱਚਾ ਸਿੰਘ ਲੰਗਾਹ ਨੂੰ ਰਾਹ ਦੱਸਿਆ, ਉਹਦੇ ਵਿੱਚ ਕੀ ਡੀਲ ਹੋਈ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨੀ, ਅਸੀਂ ਨਾ ਇਸ ਗੱਲ ਮੰਨਦੇ ਇਸ ਗੱਲ ਨੂੰ। ਉਹਦੇ ਵਿੱਚ ਕਹਿੰਦੇ ਨੇ ਵੀ ਉਹ ਆਪਣੀ ਗੱਡੀ ਚ ਬਿਠਾ ਕੇ ਲੈ ਗਿਆ ਉਹ, ਲੇਕਿਨ ਸਰਚਾਰ ਕਹਿੰਦਾ ਮੇਰੀ ਗੱਡੀ ਚ ਨਹੀਂ ਗਏ, ਮੈਂ ਉਸ ਮੌਕੇ ਤੇ ਮੌਜੂਦ ਸੀਗਾ। ਜੇ ਕਿਤੇ ਰੌਲਾ ਨਾ ਪੈਂਦਾ ਤੇ ਸਰਚਾਰ ਸਿੰਘ ਸਹਿਤ ਸੁੱਚਾ ਸਿੰਘ ਲੰਗਾਹ ਦੇ ਨਾਲ 21 ਦਿਨ ਬਾਟੀਆਂ ਮਾਜਦਾ ਉੱਥੇ, ਲੇਕਿਨ ਰੌਲਾ ਪੈਣ ਤੋਂ ਬਾਅਦ ਇਹ ਭੱਜ ਜਾਏ। ਉਦੋਂ ਅਕਾਲ ਤਖ਼ਤ ਤੇ ਜਹਿਦਾ ਨੇ ਫਿਰ ਪੜਤਾਲ ਕਰਾਈ, ਉਸ ਪੜਤਾਲ ਦੇ ਵਿੱਚ ਮੁੱਖ ਦੋਸ਼ੀ ਜਿਹੜਾ ਸੀ ਸਤਿਆਨ ਸਿੰਘ ਪਾਇਆ ਗਿਆ ਤੇ ਹੁਣ 22 ਅਗਸਤ ਨੂੰ ਇਹਨੂੰ ਕਿਹਾ ਗਿਆ ਤੇ ਆਪਣਾ ਸਪਸ਼ਟੀਕਰਨ ਅਕਾਲ ਤਖ਼ਤ ਤੇ ਪੇਸ਼ ਕਰ ਜੀ ਵੀ ਤੂੰ ਇਹ ਬਲੰਡਰ ਗਲਤੀ ਕੀਤੀ, ਕਿਉਂ ਉਹਦਾ ਕਾਰਨ ਕੀ ਹੈ ਜੀ। ਪਹਿਲੀ ਗੱਲ ਤੇ ਇਹ ਜਿਹੜਾ ਸਾਡਾ ਇਹਨਾਂ ਛੇਕਿਆ ਸੀ ਸਾਡੇ ਗੁਰਬਖਸ਼ ਸਿੰਘ ਕਾਲਾ ਫਖਾਨੋ ਅਮਰਧਾਰੀ ਸਿੰਘ ਸੀਗਾ ਜੀ, ਕੀ ਛੇਕਣ ਤੋਂ ਬਾਅਦ ਉਹਦਾ ਅੰਮ੍ਰਿਤ ਭੰਗ ਹੋ ਗਿਆ? ਜੋਗਿੰਦਰ ਸਿੰਘ ਸਾਡੇ ਸਪੋਕਸਮੈਨ, ਕੀ ਛੇਕਣ ਤੋਂ ਬਾਅਦ ਉਹਨਾਂ ਦਾ ਅੰਮ੍ਰਿਤ ਭੰਗ ਹੋ ਗਿਆ? ਸਭ ਤੋਂ ਵੱਡੀ ਗੱਲ ਪ੍ਰੋਫੈਸਰ ਦਰਸ਼ਨ ਸਿੰਘ ਸਾਬਕਾ ਅਕਾਲ ਤਖ਼ਤ ਦੇ ਜਹੇਦਾਰ, ਕੀ ਉਹਨਾਂ ਨੂੰ ਛੇਕਣ ਤੋਂ ਬਾਅਦ ਉਹਨਾਂ ਦਾ ਅੰਮ੍ਰਿਤ ਭੰਗ ਹੋ ਗਿਆ? ਬਹੁਤ ਵੱਡਾ ਸਵਾਲ ਹੈ ਜੀ। ਅਗਲੀ ਗੱਲ ਇਹ ਹੈ ਵੀ ਜਿਹੜਾ ਇਹਨਾਂ ਦਾ ਆਦੇਸ਼ ਲਿਖਿਆ ਉਹਦੇ ਚ ਇਹ ਬਿਲਕੁਲ ਜ਼ਿਕਰ ਨਹੀਂ ਕੀਤਾ ਗਿਆ ਵੀ ਇਹ ਵਿਅਕਤੀ ਦੁਬਾਰਾ ਅੰਮ੍ਰਿਤ ਨਹੀਂ ਛਕ ਸਕਦਾ ਜੀ। ਉਹਨੇ ਅੰਮ੍ਰਿਤ ਛਕਿਆ ਵਾ, ਉਹਨੇ ਕੋਈ ਉਲੰਘਣਾ ਨੀ ਕੀਤੀ, ਅੰਮ੍ਰਿਤ ਛਕਿਆ, ਉਹਨੇ ਕਿਹਾ ਜੀ ਮੇਥੋਂ ਕੁਤਾਹੀ ਹੋਈ ਹੈ, ਕੁਤਾਹੀ ਹੋਣ ਵਾਲਾ ਬੰਦਾ ਕੋਈ ਵੀ ਆ ਕੇ ਅੰਮ੍ਰਿਤ ਦੁਬਾਰਾ ਛਕ ਸਕਦਾ ਜੀ। ਇਹ ਪਲੀ ਲੈਂਦੇ ਜੀ ਅਕਾਲ ਤਖ਼ਤ ਤੋਂ ਛੇਕਿਆ ਸੀ ਅੰਮ੍ਰਿਤ ਕਿਵੇਂ ਛਕਾਤਾ, ਤੇ ਮੈਂ ਤੁਹਾਨੂੰ ਕੱਢੋ ਵੀ ਕਿਹਾ ਇਹਦਾ ਅੰਮ੍ਰਿਤ ਜੇ ਛਕਾਤਾ। ਇਹਨਾਂ ਕੋ ਆਪਾਂ ਆਪਣੇ ਅੱਡੀ ਤੇ ਗੱਲ ਕੀਤੀ ਸੀ ਨਾ, ਇੱਥੇ ਮੈਂ ਗੱਲ ਕੀਤੀ ਕੱਢੋ ਕਿਵੇਂ ਜੀ ਜੀ। ਹੁਣ ਅੰਮ੍ਰਿਤ ਨਿਕਲ ਨੀ ਸਕਦਾ, ਜਿਹੜੀ ਪੰਜ ਪ੍ਰਧਾਨੀ ਮਰਿਆਦਾ ਉਹ ਵੀ ਭੰਗ ਨੀ ਕੀਤੀ ਜਾ ਸਕਦੀ। ਹੁਣ ਸਰਚਾਨ ਸਿੰਘ ਦੇ ਉੱਤੇ ਸੰਗਤ ਦੇ ਬਦਲ ਮਟਾਉਣ ਲੱਗੇ ਤੇ ਚੱਲਦਾ ਵੀ ਇਹ ਵੀ ਹੋਣਾ ਅਗਲੇ ਹਫ਼ਤੇ ਤੋਂ ਜਿਹੜੀਆਂ ਬਾਟੀਆਂ ਬੂਟੀਆਂ ਮਾਝੂਗਾ ਤਾਂ ਆਪਣੀ ਭੋਦ ਬਖਸ਼ਾਊਗਾ। ਬਾਕੀ ਭਾਵੇਂ ਜਥੇਦਾਰ ਨੇ ਇੰਨੀ ਗੱਲ ਕਹਿ ਦਿੱਤੀ ਹੈ ਵੀ ਉਹ ਜਿਹੜਾ ਸਾਡਾ ਆਦੇਸ਼ ਸੀਗਾ ਪਹਿਲਾਂ ਅਸੀਂ ਉਹਨੂੰ ਕੁਛ ਛੇਕਿਆ ਸੀ ਦਸਵੇਂ, ਉਹ ਅਜੇ ਵੀ ਬਰਕਰਾਰ ਜੀ ਜੀ। ਹੁਣ ਪੰਜ ਪ੍ਰਧਾਨੀ ਮਰਿਆਦਾ ਦਾ ਤੁਸੀਂ ਕੀ ਕਰੋਗੇ? ਚੰਗੀ ਗੱਲ ਬਰਕਰਾਰ ਰੱਖੋ, ਚੰਗੀ ਗੱਲ, ਕਿਉਂਕਿ ਅਕਾਲ ਤਖ਼ਤ ਸੁਪਰੀਮ ਆ, ਇਹ ਜੇ ਇਹ ਸੁਪਰੀਮ ਦਾ ਨਾਰੀ ਜੇ ਪਹਿਲਾਂ ਛੇਤੀ ਤੋਂ ਵੀ ਆਪਣੀ ਕਰ ਲੈਣਗੇ ਜੀ, ਪੰਜਾਂ ਕੁਮਾਰੀ ਮੰਗ ਲਈ ਆ ਜੀ, ਉਹ ਵੀ ਅਕਾਲ ਤਖ਼ਤ ਟਿੱਚ ਜਾਣਗੇ ਜੀ। ਇਸ ਕਰਕੇ ਇਹ ਜਿਹੜੀ ਪੂਰੇ ਜਿਹੜਾ ਹੈਗਾ ਸੀ ਸਾਜਿਸ਼ ਜਿਹੜੀ ਆ ਇਹ ਨੰਗੀ ਹੋਣੀ ਚਾਹੀਦੀ ਆ ਕਿ ਕਿੱਥੋਂ ਗੱਲ ਚੱਲੀ, ਕਿਵੇਂ ਚੱਲੀ, ਕਿਵੇਂ ਨੀ ਚੱਲੀ, ਕਿਉਂਕਿ ਉਹਦੇ ਵਿੱਚ ਦੋ ਮੈਂਬਰ ਸਨ ਜੀ ਜਿਹੜੇ ਮਜੀਠੀਆ ਸਾਹਿਬ ਦੇ ਵੀ ਖਾਸ ਸੀ ਤੇ ਲੰਗਾਹ ਦੇ ਵੀ ਖਾਸ ਸੀ, ਜਿਹਨਾਂ ਨਾਲ ਸਹਿਯੋਗ ਕੀਤਾ, ਜਿਹਦੇ ਕਰਕੇ ਐਸਜੀਪੀਸੀ ਦੇ ਜਿਹੜੇ ਮੁਲਾਜ਼ਮ ਸੀ ਉਹਨਾਂ ਨੂੰ ਗੱਲ ਮੰਨਣੀ ਪਈ। ਭਾਵੇਂ ਸ਼੍ਰੋਮਣੀ ਕਮੇਟੀ ਨੂੰ ਸਸਪੈਂਡ ਕਰ ਦਿੱਤੇ ਤੁਸੀਂ ਸਸਪੈਂਡ ਕਰ ਲਓ, ਸਜ਼ਾ ਨੀ ਮਾਰੋ ਇਹਨਾਂ ਨੇ ਨਿਮਤ ਕੋਈ ਗੱਲ ਨੀ। ਕਾਲ ਲੈ ਲਈਏ ਆਪਾਂ ਪੱਟੀ ਸਾਹਿਬ, ਕਾਲ ਲੈ ਲਈਏ 9195 ਤੇ ਆਉਣੇ ਰੋ ਜੀ। ਸਤਿ ਸ੍ਰੀ ਅਕਾਲ, ਇੱਕ ਮਿੰਟ ਜੀ, ਇੱਕ ਮਿੰਟ, ਆਵਾਜ਼ ਕਿਉਂ ਨਹੀਂ ਆਈ ਜੀ? ਹਾਂਜੀ ਆਈ ਜੀ, ਇੱਕ ਮਿੰਟ ਜੀ ਹੋਲਡ ਕਰੇ ਸਰ। ਹਾਂਜੀ ਹੈਲੋ, ਹਾਂਜੀ ਹਾਂਜੀ, ਹਾਂ ਬਾਈ ਜੀ ਸਤਿ ਸ੍ਰੀ ਅਕਾਲ ਦੋਨਾਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ।
ਗੱਲ ਇਹ ਹੈ ਬਾਈ ਜੀ, ਪਹਿਲਾਂ ਜਦੋਂ ਕੈਪਟਨ ਨਾ ਪਹਿਲਾਂ ਜਦੋਂ ਇਹ ਆਇਆ ਸੀਗਾ ਪਹਿਲੀ ਸਰਕਾਰ ਇਸ ਤੋਂ ਪਹਿਲਾਂ 2002 ਦੇ ਵਿਚ, ਤੇ ਇਹ ਮੈਨੂੰ ਲੱਗਦਾ ਵੀ ਇਹਦੇ ਆਪਣਾ ਜਿਹੜਾ ਹੈਗਾ ਆਹ ਆਪਣਾ ਸੁੱਚਾ ਸਿੰਘ ਲਗਾ ਹੈਗਾ ਇਹਦੇ ਨਛੱਤਰੀ ਬਾੜਿਆ ਵਿਚਾਰੇ ਇਹਦੀ ਉਦੋਂ ਵੀ ਉਹਨਾਂ ਨੇ ਇਹਨੇ ਵਾਹਵਾ ਖਿੱਚਦੂ ਕੀਤੀ ਸੀਗੀ ਇਹਨੇ ਕੈਪਟਨ ਨੇ ਪੱਟੀ ਸਾਹਿਬ ਉਦੋਂ ਇਹਨੂੰ ਨਾ ਮਤਲਬ ਵੀ ਥਾਣੇ ਦੇ ਵਿਚ ਨੰਗਾ ਕੀਤਾ ਸੀਗਾ ਇਹਨਾਂ ਨੇ ਜੀ ਬਿਲਕੁਲ ਜੀ ਸਿੰਘ ਲਗਾ ਹੁਣ ਕਸ਼ਹਿਰਾ ਵੀ ਲਾ ਹਨਾ ਤੇ ਉਹਦੇ ਇਹਨੂੰ ਵਾਹਵਾ ਇਹਨੂੰ ਖਿੱਚਿਆ ਧੋਇਆ ਸੀਗਾ ਇਹਨਾਂ ਨੇ ਬਾਕੀ ਪੱਟੀ ਸਾਹਿਬ ਗੱਲ ਕਰਦੇ ਸੀਗੀ ਵੀ ਜਿਦਾਂ ਆਪਾਂ ਪਿਛਲੇ ਦੀ ਗੱਲ ਕੀਤੀ ਸੀਗੀ ਦਾਰੂ ਪੀਣ ਦੀ ਵੀ ਸੁਖਜਿੰਦਰ ਸਿੰਘ ਖਹਿਰਾ ਕਹਿੰਦੇ ਸੀਗੇ ਵੀ ਪੰਜਾਬ ਦੇ ਲੋਕ ਦਾਰੂ ਨਾ ਪੀਣ ਤਾਂ ਵੀ ਹਰੇਕ ਬੰਦੇ ਦੇ ਘਰ ਦੇ ਵਿਚ ਕਾਰ ਹੋਊਗੀ ਤੇ ਉਹਨਾਂ ਨੂੰ ਪੁੱਛ ਲੈਣਾ ਸੀਗਾ ਵੀ ਭਾਈ ਚਲੋ ਜਿਹੜੇ ਪੀਂਦੇ ਠੀਕ ਆ ਉਹਨਾਂ ਦੇ ਘਰਾਂ ਚ ਤਾਂ ਹੈ ਨੀ ਗਿਆ ਵੀ ਜਿਹੜੇ ਅਮਰਧਾਰੀ ਬੰਦੇ ਚਲੋ ਉਹਨਾਂ ਦੇ ਕੋਲ ਹੀ ਦੇਖ ਲਈਏ ਹਾਂਜੀ ਇਹ ਗੱਲ ਉਹਨਾਂ ਨੇ ਸਟੇਜ ਤੇ ਕਹੀ ਸੀ ਤੇ ਇਹ ਗੱਲ ਅੱਜ ਦੀ ਨਹੀਂ ਮੈਂ ਤੁਹਾਡੇ ਨਾਲ ਘੱਟੋ ਘੱਟ ਇਹ 43 ਸਾਲ ਪੁਰਾਣੀ ਗੱਲ ਕਰ ਰਿਹਾ ਹਾਂਜੀ ਹਾਂਜੀ ਗੱਲ ਉਹੀ ਹੈ ਬਾਈ ਜੀ ਵੀ ਲੋਕਾਂ ਨੂੰ ਮਤਲਬ ਦਿਖਾ ਦੇਣਾ ਵੀ ਤੁਸੀਂ ਆਹ ਕਰਦੇ ਕਰਕੇ ਵੀ ਤਾਂ ਹੀ ਭੁੱਖ ਨਾਂਗਾ ਤੁਹਾਡੇ ਕੋਲੇ ਜੇ ਤੁਸੀਂ ਏਦਾਂ ਹੋ ਜਾਓ ਤਾਂ ਐ ਹੋਜੂਗਾ ਬਾਈ ਜੀ ਹਾਲਾਤ ਤਾਂ ਲੋਕਾਂ ਦੇ ਮਾੜੇ ਹੀ ਹੈ ਪੱਟੀ ਸਾਹਿਬ ਬਾਕੀ ਧੰਨਵਾਦ ਸਾਹਿਬ ਬਾਈ ਜੀ ਧੰਨਵਾਦ ਤੁਹਾਡਾ ਮਿਹਰਬਾਨੀ ਜੀ ਮਿਹਰਬਾਨੀ ਬਾਈ ਜੀ ਮਿਹਰਬਾਨੀ ਤੇ ਸ਼ੁਕਰੀਆ ਜੀ ਤੇ ਜਿਹੜੇ ਵੀਰ ਇਸ ਵਕਤ ਸੁਣ ਰਹੇ ਨੇ ਮੇਰੀ ਉਹਨਾਂ ਨੂੰ ਗੁਜ਼ਾਰਿਸ਼ ਹੈ ਜੀ ਜੇਕਰ ਤੁਸੀਂ ਰੇਡੀਓ ਪੰਜਾਬ ਟੋਡੇ ਦਾ ਕੋਈ ਵੀ ਪ੍ਰੋਗਰਾਮ ਸਪਾਂਸਰ ਕਰਨਾ ਚਾਹੁੰਦੇ ਤਾਂ ਤੁਸੀਂ ਮੇਰੇ ਨਾਲ 9781471 ਦੇ ਉੱਤੇ ਸੰਪਰਕ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਮਹੀਨਾਵਾਰ ਸਬਸਕ੍ਰਿਪਸ਼ਨ ਵੀ ਭੇਜ ਸਕਦੇ ਹੋ ਪੇਪਾਲ ਦੇ ਜ਼ਰੀਏ ਸੋ ਰੇਡੀਓ ਪੰਜਾਬ ਟੋਡੇ .com ਦੇ ਉੱਤੇ ਜਾ ਕੇ ਤੁਸੀਂ ਪੇਪਾਲ ਜਿਹੜਾ ਕਰ ਸਕਦੇ ਜਾਂ ਮੇਰੇ ਤੋਂ ਤੁਸੀਂ ਪੇਪਾਲ ਲਿਖ ਕੇ ਜਿਹੜਾ ਹੈ ਤੁਸੀਂ ਮੈਨੂੰ ਕਹਿ ਦਿਓ ਲਿੰਕ ਤਾਂ ਮੈਂ ਤੁਹਾਨੂੰ ਲਿੰਕ ਵੀ ਭੇਜ ਦਿਆਂਗਾ ਤੇ ਪੱਟੀ ਸਾਹਿਬ ਅਕਾਲੀ ਦਲ ਅੰਮ੍ਰਿਤਸਰ ਦਲ ਖਾਲਸਾ ਵੱਲੋਂ 15 ਅਗਸਤ ਕਾਲੇ ਦਿਵਸ ਵਜੋਂ ਮਨਾਇਆ ਗਿਆ ਤੇ ਕਹਿੰਦੇ ਗੁਰਪਤਵੰਤ ਪੰਨੂ ਦਾ ਪੁਤਲਾ ਸਾੜ ਰਹੇ ਸੀਗੇ ਤੇ ਕੱਲਾ ਨਹਿੰਗੀ ਪੁੱਜ ਗਿਆ ਉੱਥੇ ਇਹ ਗੱਲ ਖੰਨੇ ਲੱਗ ਗਈ ਪਿੰਡ ਆ ਜੀ ਕੋਈ ਉੱਥੇ ਇਹ ਪੁਤਲਾ ਸਾੜ ਰਹੇ ਸੀ ਕੁਛ ਤੇ ਨਿਹੰਗ ਨਿਕਲ ਤੇ ਸਾੜੇ ਨੇੜੇ ਵਧੇ ਸੋ ਜਾਗ ਤੇ ਕੀ ਭੱਜ ਕੇ ਛੱਡ ਕੇ ਜਾ ਰਹੇ ਭਾਈ ਇਹ ਤੇ ਕੰਮ ਖਰਾਬ ਹੋ ਗਿਆ ਜੀ ਚਲੋ ਉਹ ਨਿਹੰਗ ਕੱਲਾ ਸੀਗਾ ਤੁਹਾਨੂੰ ਪਤਾ ਅੰਮ੍ਰਿਤਸਰ ਦੇ ਵਿਚ ਵੀ ਅੱਜ ਤੋਂ 4-5 ਸਾਲ ਪਹਿਲਾਂ 6 ਜੂਨ ਜਦੋਂ ਭੁਪਿੰਦਰ ਸਿੰਘ 6 ਜੂਨ ਗਿਆ ਸੀ ਕੱਲੇ ਤੇ ਜਾ ਕੇ ਵਧੇ ਸੋ ਨਾਲ ਨਾ ਹੀ 6 ਜੂਨ ਪੈ ਗਿਆ ਭੁਪਿੰਦਰ ਸਿੰਘ 6 ਜੂਨ ਜੀ ਉਹ ਵੀ ਆਪਣੇ 6 ਜੂਨ ਕਹਿੰਦਾ ਉਹਦੀ ਘਰ ਦੀ ਵੀ 6 ਜੂਨ ਕਹਿੰਦੀ ਉਹਨੂੰ ਮੈਂ ਕਿਹਾ ਇਹ ਕੀ ਚੱਕਰ ਹੋਇਆ ਮੇਰੀ ਘਰ ਦੀ ਹੈ ਜੀ ਮੈਂ ਕਿਉਂ 6 ਜੂਨ ਕਹਿੰਦੀ ਇਸ ਕਰਕੇ ਜਿਹੜਾ ਮੇਰੇ ਕਹਿਣ ਤੋਂ ਭਾਵ ਆ ਵੀ ਉਹ ਨਿਹੰਗ ਸਿੰਘ ਨੇ ਕਹਿਤਾ ਵੀ ਅਸੀਂ ਗੁਰਪਤਵੰਤ ਪੰਨੂ ਦਾ ਪੁਤਲਾ ਨਹੀਂ ਸਾੜ ਦਿੰਦਾ ਭਾਵੇਂ ਉਹ ਮੋਨਾ ਭਾਵੇਂ ਜੀ ਸਿੱਖ ਸਿੰਘ ਦੇ ਗਾ ਜੀ ਅਸੀਂ ਪੁਤਲਾ ਨੀ ਸਾੜ ਦੇਣਾ ਤੁਸੀਂ ਆਪਣੀ ਉਦਾਂ ਗੱਲ ਕਰਨੀ ਕਰੋ ਇਸ ਗੱਲ ਤੋਂ ਜਦੋਂ ਉਹਨਾਂ ਨੇ ਫਿਰ ਆਪਣੀ ਨਿਹੰਗਾਂ ਵਾਲੀ ਗੱਲ ਵਿਖਾਈ ਤੋਂ ਵਿਚਾਰੇ ਛੱਡੂ ਕੇ ਭਾਜੀ ਸਾਰਾ ਜੀ ਉੱਥੋਂ ਲੇਕਿਨ ਦੂਸਰੇ ਪਾਸੇ ਜਿਹੜਾ ਸੀ ਜਲੰਧਰ ਦੇ ਵਿਚ ਲੈ ਲਓ ਅੰਮ੍ਰਿਤਸਰ ਲੈ ਲਓ ਮੋਗੇ ਲੈ ਲਓ ਕਈ ਬਠਿੰਡੇ ਲੈ ਲਓ ਕਈ ਜਗ੍ਹਾ ਦੇ ਉੱਤੇ ਮੇਰੇ ਖਿਆਲ ਇਹਨਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਦਲ ਖਾਲਸਾ ਵਾਲੇ ਇਹਨਾਂ ਨੇ ਆਪਣੇ ਨਾਰੇ ਵੀ ਖਾਲਸਾ ਦੇ ਲਾਇਆ ਕਾਲੀਆਂ ਝੰਡੀਆਂ ਵੀ ਲਿਖਾਈਆਂ ਨੇ ਕਿਹਾ ਵੀ ਸਾਡਾ ਗੁਲਾਮੀ ਦਾ ਦਿਵਸ ਆ ਇਹ ਕਾਲਾ ਦਿਵਸ ਆ ਅਸੀਂ ਆਜ਼ਾਦੀ ਨੂੰ ਨਹੀਂ ਮੰਨਦੇ ਸਾਨੂੰ ਆਜ਼ਾਦੀ ਚਾਹੀਦੀ ਹੈ ਲੇਕਿਨ ਉਹਨਾਂ ਦੇ ਖਿਲਾਫ਼ ਜਿਹੜੀ ਧਾਰਾ 188 ਦੀ ਕਾਰਵਾਈ ਕੀਤੀ ਗਈ ਤੇ ਜੇ ਕਿਤੇ ਕੋਈ ਮੁੰਡਾ ਹੋਰ ਫੜ ਲੈਂਦੇ ਜਿਹਦੇ ਮਤਲਬ ਜਥੇਬੰਦੀ ਨਹੀਂ ਉਹਦੇ ਖਿਲਾਫ਼ ਜਿਹੜਾ ਜੁਆਪਾ ਉਹ ਯੂਜ਼ ਕੀਤਾ ਜਾਂਦਾ ਤੇ ਲਾ ਦਿਓ ਇੱਥੇ ਤੇ ਸੁੱਟ ਦਿਓ ਅੰਦਰ ਤੇ ਇਹਦੀ ਮੁੜ ਕੇ 6 ਮਹੀਨੇ ਜ਼ਮਾਨਤ ਹੀ ਨਾ ਹੋਵੇ ਜੀ ਜੀ ਤੇ ਆਪਾਂ ਇੱਕ ਕਾਲ ਲੈ ਲਈਏ ਜੀ ਵਟਸਐਪ ਕਾਲ ਹੈ ਤੇ ਫਿਰ ਆਪਾਂ ਸੁਣਾਂਗੇ ਤੇ ਅੱਜ ਡਾਕਟਰ ਸ਼ਿੰਦਰ ਕੌਰ ਵੀ ਹੈਗੇ ਨੇ ਤੇ ਉਹਨਾਂ ਨਾਲ ਵੀ ਗੱਲ ਕਰਾਂਗੇ ਹਾਂਜੀ ਵਟਸਐਪ ਕਾਲ ਤੇ ਜਰਨੈਲ ਸਿੰਘ ਜੀ ਬੈਠੇ ਸਤਿ ਸ੍ਰੀ ਅਕਾਲ ਜੀ ਦੋਨਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪੱਟੀ ਸਾਹਿਬ ਪਿੱਛੇ ਜੇ ਜਿਹੜਾ ਤੁਸੀਂ ਗੁਰਬਾਣੀ ਦੀ ਤੁਕ ਬੋਲੀ ਆ ਕੁੱਤਾ ਰਾਜ ਬਹਾਲੀ ਵਾਲੀ ਪਿੱਛੇ ਜੇ ਦਰਬਾਰ ਸਾਹਿਬ ਦੇ ਆਪਣੇ ਹਰਿਮੰਦਰ ਸਾਹਿਬ ਦੇ ਅੰਦਰ ਕੀਰਤਨ ਕਰਦੇ ਕਰਦੇ ਕਿ ਜਥੇ ਬਣੀਓ ਇਹ ਗੱਲ ਇਹ ਮਤਲਬ ਸ਼ਬਦ ਗਾਇਆ ਗਿਆ ਸੀ ਉਸ ਟਾਈਮ ਕੋਈ ਚੰਗਾ ਹੀ ਚੱਕਰ ਚੱਲਿਆ ਸੀਗਾ ਫਿਰ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਵੱਡੇ ਘਰ ਦੇ ਬੰਦੇ ਆ ਗਏ ਸੀਗੇ ਜੀ ਵੱਡੇ ਘਰ ਦੇ ਬੰਦੇ ਆ ਗਏ ਵੱਡੇ ਘਰ ਦੇ ਬੰਦੇ ਆਏ ਜੀ ਉਦੋਂ ਜੇ ਡਾਕਟਰ ਮਨਮੋਹਨ ਸਿੰਘ ਕਾਂਗਰਸੀ ਪ੍ਰਧਾਨ ਮੰਤਰੀ ਹੁੰਦਾ ਤੇ ਸ਼ਬਦ ਇਹੋ ਲਾ ਜਾਂਦਾ ਸੀਗਾ ਜੇ ਸੋਨੀਆ ਗਾਂਧੀ ਹੁੰਦੀ ਉਹ ਲਾਇਆ ਜਾਂਦਾ ਸੀਗਾ ਜਦੋਂ ਵੱਡੇ ਘਰ ਦੇ ਬੰਦੇ ਉਦੋਂ ਸ਼ਬਦ ਲਾ ਦਿਓ ਤੇ ਫਿਰ ਆਟੋਮੈਟਿਕਲੀ ਸਸਪੈਂਡ ਕਰਨਾ ਹੀ ਕਰਨਾ ਜੀ ਉਹਨਾਂ ਨੇ ਤੇ ਏਡੇ ਵੱਡੇ ਬੰਦੇ ਆਏ ਜੀ ਰੱਬ ਨੂੰ ਪਹੁੰਚੇ ਹੋਏ ਨੇ ਤੁਸੀਂ ਸ਼ਬਦ ਲਾਇਆ ਕੁੱਤਾ ਰਾਜ ਬਿਠਾਲੀਏ ਕਿਵੇਂ ਹੋ ਸਕਦਾ ਵਾ ਲੇਕਿਨ ਜਿਹੜੇ ਦਰਦ ਰੱਖਦੇ ਨਾ ਜੀ ਆਪਣੇ ਸੀਨੇ ਦਰਦ ਰੱਖ ਕੇ ਰਾਜੀ ਪ੍ਰਵਾਹ ਨਹੀਂ ਕਰਦੇ ਕਰ ਦੋ ਸਸਪੈਂਡ ਕੋਈ ਨੀ ਹੋ ਜਾਣਗੇ ਬਾਲ ਜੇ ਨਾ ਵੀ ਹੋਵੇ ਤੇ ਬਾਹਰ ਜਾ ਕੇ ਕੀਰਤਨ ਕਰਨਾ ਸੰਗਤਾਂ ਬੜਾ ਕੰਮ ਜਾਂਦੀ ਹੈ ਸਾਨੂੰ
ਤੁਹਾਨੂੰ ਸਿੱਖ ਸਿਆਸਤ ਬਾਰੇ ਪਤਾ, ਤੁਸੀਂ ਉਹਨਾਂ ਦੇ ਗੜ੍ਹ ਚ ਬੈਠੇ ਹੋ, ਇਹ ਮੰਨ ਲਓ ਜੱਥੇ ਕਿੰਨੇ ਨੇ ਜੀ ਟੋਟਲ, ਉਹਨਾਂ ਨੂੰ ਤਨਖਾਹ ਕਿਵੇਂ ਦਿੱਤੀ ਜਾਂਦੀ ਆ, ਪਰ ਡੇ ਦੇ ਹਿਸਾਬ ਨਾਲ ਦਿੱਤੀ ਜਾਂਦੀ ਜਾਂ ਮਹੀਨੇ ਹਿਸਾਬ ਦਿੱਤੀ ਜਾਂਦੀ ਆ, ਜਾਂ ਕੁਝ ਖਾਸ ਜੱਥੇ ਇਹੋ ਜਿਹੇ ਨੇ ਤੁਸੀਂ ਜਿਵੇਂ ਕਹਿ ਰਹੇ ਹੋ ਵੀ ਇੱਕ ਜੱਥੇ ਮੰਨੀ ਜਾਂ ਚਾਰ ਜੱਥਿਆਂ ਮੰਨੀ, ਉਹ ਉਹਨਾਂ ਦੇ ਉਲਟ ਗੱਲ ਕੀਤੀ ਗਈ ਵੀ ਸਾਨੂੰ ਤੰਗ ਕੀਤਾ ਜਾ ਰਿਹਾ, ਸਾਡਾ ਇਹ ਚੀਜ਼ ਦਾ ਸਾਡੀ ਦੁਵਿਧਾ ਦਾ ਹੱਲ ਕਰੋ, ਤੇ ਬਾਕੀ ਜੱਥੇ ਚੁੱਪ ਨੇ ਬਈ। ਨਹੀਂ ਮੈਂ, ਤੁਸੀਂ ਮੇਰੀ ਗੱਲ ਸੁਣੀ ਨੀ ਸ਼ਾਇਦ, ਮੈਂ ਪਹਿਲਾਂ ਇੰਨੀ ਗੱਲ ਕਹਿਤੀ ਵੀ ਪਹਿਲਾਂ ਜੱਥੇ ਸਿਰਫ ਚਾਰ ਪੰਜ ਛੇ ਹੁੰਦੇ ਸੀ ਜੀ, ਜੇ ਉਹ ਜੱਥੇ ਦੀ ਕਿਸੇ ਦੀ ਤੁਸੀਂ ਕਟੌਤੀ ਕਰਦੇ ਹੋ ਤੇ ਜਿਹੜੀ ਮਰਿਆਦਾ ਪੂਰੀ ਨਹੀਂ ਸੀ ਹੁੰਦੀ। ਅੱਜ ਦੀ ਡੇਟ ਦੇ ਵਿੱਚ ਕੁਝ ਤੇ ਇਹਨਾਂ ਦੇ ਪਰਮਾਨੈਂਟ ਮੁਲਾਜ਼ਮ ਨੇ, ਕੁਛ ਕੰਟਰੈਕਟ ਨੇ, ਕੁਛ ਡੇਲੀ ਵੇਜਸ ਵਾਲੇ ਵੀ ਹੈਗੇ ਵੀ ਜਿੰਨਾ ਕੰਮ ਕੀਤਾ ਉਹਨੇ ਪੈਸੇ ਮਿਲ ਗਏ, ਘੱਟੋ ਘੱਟ ਸੌ ਤੋਂ ਉੱਪਰ ਜੱਥੇ ਇਹਨਾਂ ਦੇ ਹੈਗੇ ਨੇ। ਜਦੋਂ ਸੌ ਤੋਂ ਉੱਪਰ ਹੈਗੇ ਉਹ ਕਹਿੰਦੇ ਵੀ ਤੁਸੀਂ ਆ ਜਿਹੜੇ ਹੈਗੇ ਪੱਕੇ ਜਾਓ, ਅਸੀਂ ਇਹਨੂੰ ਤੁਹਾਡੀ ਜਗ੍ਹਾ ਲੈਣੇ ਤਿਆਰ ਹੈਗੇ ਆ। ਲੇਕਿਨ ਮੈਂ ਤੁਹਾਨੂੰ ਇਹ ਦੱਸਦਿਆਂ, ਭਾਈ ਨਿਰਮਲ ਸਿੰਘ ਦੇ ਘਰ ਜਿਨ੍ਹਾਂ ਨੇ ਉਹਨਾਂ ਨੂੰ ਰਾਗ ਸਿਖਾਏ ਜਿਹੜੇ ਮੁਸਲਮਾਨ ਪਾਕਿਸਤਾਨ ਤੋਂ ਆਏ ਸੀ, ਉਹ ਕਹਿੰਦੇ ਜੀ ਆਪਾਂ ਬਾਬੇ ਨਾਨਕ ਦੇ ਘਰ ਚੱਲਣਾ, ਕਿਉਂਕਿ ਉਹ ਨਾ ਭੁੱਲ ਗਿਆ ਮੈਨੂੰ ਮੁਸਲਮਾਨ ਦਾ, ਤੇ ਉਹ ਕਹਿੰਦੇ ਬਾਬੇ ਨਾਨਕ ਦੇ ਘਰ ਚੱਲਣਾ, ਤੇ ਉਹਨਾਂ ਦੇ ਘਰ ਕੇਬਲ ਲੱਗੀ ਸੀ। ਕੇਬਲ ਤੇ ਜਦੋਂ ਵੇਖਿਆ ਕਹਿੰਦੇ ਕਿੱਥੋਂ ਆ ਰਿਹਾ ਕੀਰਤਨ, ਉਹ ਕਹਿੰਦੇ ਹਰਿਮੰਦਰ ਸਾਹਿਬ ਤੋਂ, ਕਹਿੰਦਾ ਹਰਿਮੰਦਰ ਸਾਹਿਬ ਆਹ ਬੰਦਾ ਕੀਰਤਨ ਕਰ ਰਿਹਾ, ਆਹ ਕਰ ਰਿਹਾ ਕੀਰਤਨ ਜੀ। ਤੇ ਇਹਨੂੰ ਜਿਹਨੂੰ ਨੌਲੇਜ, ਜਿਹਨੂੰ ਇਹਦੇ ਬਾਰੇ ਨੌਲੇਜ ਨੀ ਹੈਗੀ ਰਾਗ ਕੀ ਹੁੰਦੇ ਆ, ਨਾ ਇਹ ਰਾਗ ਦੀ ਗੱਲ ਕਰੇ, ਮੈਂ ਬਾਣੀ ਦੀ ਸਹੀ ਗੱਲ ਕਰਿਆ ਨਾ, ਆਪਾਂ ਨੀ ਜਾਣਾ ਉੱਥੇ, ਜੇ ਉਹਦੇ ਬੰਦੇ ਕਿੱਧਰ ਕੀ ਜਾਣਾ ਉੱਥੇ ਆਪਾਂ। ਮੇਰਾ ਕਹਿਣ ਤੋਂ ਭਾਵ ਉੱਥੇ ਸਭ ਸਿਫਾਰਸੀ ਚੱਲਦਾ, ਉੱਥੇ ਸਿਫਾਰਸ਼ ਪਾ ਲਓ, ਈਵਨ ਇੱਥੋਂ ਤੱਕ ਜਦੋਂ ਕਿਤੇ ਲਾਈਵ ਚੱਲਦਾ ਇਹ ਵੀ ਆਉਂਦੀਆਂ ਤਨਖਾਹਾਂ ਆ ਰਹੀਆਂ, ਤੇ ਜਿਹੜੇ ਤੁਹਾਡੇ ਡਿਊਟੀ ਜਿਹੜੀ ਡਿਊਟੀ ਲੱਗਦੀ ਉਹ ਪੈਸੇ ਦੇ ਕੇ ਲੱਗਦੀ ਉੱਥੇ। ਆਹ ਉਹ ਤਾਂ ਅੱਜ ਦੀ ਨੀ ਜੀ, ਬੜੀਆਂ ਦੇਰ ਦੇ ਚਰਚਾਵਾਂ ਨੇ, ਐਵੇਂ ਤਾਂ ਨੀ ਕਹਿੰਦੇ ਗੱਲ ਉਗਦੀ, ਕੋਈ ਤਾਂ ਗੱਲ ਹੋਊਗੀ। ਇਸ ਕਰਕੇ ਮੇਰਾ ਕਹਿਣ ਤੋਂ ਭਾਵ ਇਹ ਆ ਵੀ ਉੱਥੇ ਬਹੁਤ ਕੁਛ ਹੁੰਦਾ ਵਾ ਦਰਬਾਰ ਸਾਹਿਬ ਦੇ ਅੰਦਰ ਜਾਂ ਸ਼੍ਰੋਮਣੀ ਕਮੇਟੀ ਦੇ ਵਿੱਚ। ਇਸ ਵੇਲੇ ਸ਼੍ਰੋਮਣੀ ਕਮੇਟੀ ਬਿਲਕੁਲ ਹਾਸ਼ੀ ਤੇ ਗਈ ਪਈ ਹੈ ਜੀ, ਬਿਲਕੁਲ ਉਹਦੇ ਪ੍ਰਬੰਧ ਦੇ ਵਿੱਚ ਬਿਲਕੁਲ ਨਲੈਕੀ, ਪ੍ਰਧਾਨ ਤੇ ਦਾਮੀ ਨੀ ਹੈਗੇ, ਪ੍ਰਧਾਨ ਕੋਈ ਡਿਸੀਜਨ ਲੈ ਨੀ ਸਕਦਾ, ਲੈ ਕੇ ਵਿਖਾਵੇ ਇੱਕ ਉੱਥੇ ਸੇਵਾਦਾਰ ਦੀ ਬਦਲੀ ਕਰਕੇ ਵਿਖਾਵੇ, ਦੂਜੇ ਦਿਨ ਅਗਲੇ ਉਹਦੇ ਦੁਆਲੇ ਇਹਨੂੰ ਉੱਥੇ ਹਾਂ ਵੀ ਕਿਵੇਂ ਕਰ, ਤਾਂ ਪੁੱਛਣ ਲੱਗਾ ਦੱਸ ਸਾਨੂੰ ਦੱਸ। ਜਹੇਦਾਰ ਗੁਰਚਰਨ ਸਿੰਘ ਟੌੜਾ ਪਟਿਆਲੇ ਤੋਂ ਅੰਮ੍ਰਿਤਸਰ ਨੂੰ ਚੱਲਦਾ ਸੀ, ਪਤਾ ਲੱਗਦਾ ਸੀ ਵੀ ਜਹੇਦਾਰ ਤੁਰ ਪਏ ਨੇ, ਸਾਰੇ ਮੁਲਾਜ਼ਮ ਆਪਣੀਆਂ ਸੀਟਾਂ ਤੇ ਬੈਠੇ ਹੁੰਦੇ ਸੀ, ਭਾਵੇਂ ਉਹ ਬਿਆਸ ਪਾਰ ਕਰਕੇ ਬਾਬਾ ਬਕਾਲਾ ਸਾਹਿਬ ਮੱਥਾ ਟੇਕ ਕੇ ਵਾਪਸ ਚਲ ਜੇ, ਲੇਕਿਨ ਜਿੰਨਾ ਚਿਰ ਇਹ ਕੰਸੋਲ ਨੀ ਆ ਜਾਂਦੀ ਨੀ ਵੀ ਪ੍ਰਧਾਨ ਸਾਹਿਬ ਵਾਪਸ ਮੁੜ ਗਏ, ਹੁਣ ਚਿਰ ਕਿਸੇ ਸਾਹ ਨੀ ਨਿਕਲਦਾ ਉੱਥੇ, ਹੁਣ ਤੇ ਪ੍ਰਧਾਨ ਜਿਹੜਾ ਵਾ ਉਹ ਖਲੋਤਾ ਹੁੰਦਾ ਤੇ ਜਿਹੜੇ ਮੁਲਾਜ਼ਮ ਬੈਠੇ ਹੁੰਦੇ ਆ, ਲੋੜ ਬਜੋ ਜੀ ਫਿਰ ਆਖੋਗੇ ਵੀ। ਚਲੋ ਪਰ ਗੱਲ ਤਾਂ ਉਹੀ ਹੋ ਗਈ ਨਾ ਜੀ, ਤਾਂ ਲੋਕਾਂ ਦੇ ਘਰਾਂ ਚੋਂ ਗੁਰੂ ਗ੍ਰੰਥ ਸਾਹਿਬ ਜਿਹੜੇ ਸਰੂਪ ਚੁੱਕੇ ਜਾ ਰਹੇ ਨੇ, ਤੇ ਉਹ ਵਿਚਾਰੇ ਤਰਲੋ ਮੱਛੀ ਹੋ ਰਹੇ ਨੇ, ਉਹਨਾਂ ਦੀ ਤੜਫ ਜਿਹੜੀ ਆ ਉਹ ਕੋਈ ਪੁੱਛ ਕੇ ਦੇਖੇ ਉਹਨਾਂ ਨੂੰ, ਕੋਈ ਕਾਗਜ਼ ਤੜਫ ਸੁਣ ਰਿਹਾ ਜੀ ਪ੍ਰਿੰਸੀਪਲ ਸਾਹਿਬ ਦੀ। ਦੇਖੋ ਜੀ ਪ੍ਰਿੰਸੀਪਲ ਸਾਹਿਬ ਦੀ ਤੜਪ ਤੇ ਜ਼ਰੂਰ ਅਕਾਲ ਤਖ਼ਤ ਨੇ ਸੁਣੀ ਆ, ਲੇਕਿਨ ਅੱਜ ਜਿਹੜੇ ਸਰਕਾਰ ਕਮੇਟੀਆਂ ਵਾਲੇ ਸਾਰੇ ਇਕੱਠੇ ਹੋ ਕੇ ਆਏ ਸੀ ਤੇ ਉਹਨਾਂ ਨੇ ਇੰਨੀ ਗੱਲ ਲਿਖ ਕੇ ਦਿੱਤੀ ਹੈ, ਜਿਹੜਾ ਪ੍ਰੈਸ ਨੂੰ ਦਿੱਤਾ ਵਾ, ਪ੍ਰੈਸ ਨੂੰ ਉਹੀ ਪ੍ਰੈਸ ਨੂੰ ਦਿੱਤਾ, ਤੇ ਉਹਨਾਂ ਦੀ ਇੱਕ ਤਾਂ ਵੀ ਧਮਕੀ ਟਾਈਪ ਆਓ। ਅੱਛਾ ਜੀ, ਪ੍ਰੈਸ ਦੇ ਵਿੱਚ। ਹਾਂ, ਵੀ ਜਥੇਦਾਰ ਨੂੰ ਚਾਹੀਦਾ ਇਹ ਸੀਗਾ ਪਹਿਲਾਂ ਸਾਡੀ ਵੀ ਫਰਿਆਦ ਸੁਣਦਾ, ਸਾਨੂੰ ਬੁਲਾ ਕੇ ਪੁੱਛਦਾ ਬਾਈ ਕੀ ਗੱਲ ਆ, ਤੇ ਫਿਰ ਬਿਆਨ ਦਿੰਦਾ। ਜਥੇਦਾਰ ਨੇ ਇੱਕ ਤਰਫਾ ਬਿਆਨ ਦੇ ਕੇ ਜਿਹੜਾ ਸੀ ਜਿਹੜੇ ਪੰਥ ਵਿਰੋਧੀ ਬੰਦੇ ਉਹਨਾਂ ਨੂੰ ਛਹਿ ਦਿੱਤੀ ਹੈ ਜੀ, ਉਹ ਕਹਿੰਦੇ ਜਿਹੜਾ ਪ੍ਰਿੰਸੀਪਲ ਜਸਵੰਤ ਸਿੰਘ ਆ ਉਹਦੇ ਨਾਲ ਕੋਈ ਜਿਆਦਾ ਨੀ ਕੀਤੀ, ਉਹਦੇ ਘਰੋਂ ਸਰੂਪ ਇਸ ਕਰਕੇ ਲਿਆਂਦਾ ਗਿਆ ਵੀ ਇੱਕ ਤੇ ਉੱਥੇ ਤਾਮ ਸਿੰਘ ਭੋਜਨ ਖਾਇਆ ਜਾਂਦਾ ਸੀਗਾ। ਅੱਛਾ ਜੀ, ਉਹ ਮੰਨਿਆ ਤਾਮ ਸਿੰਘ ਭੋਜਨ ਦੀ ਕਿਤੇ ਮਨਾਈ ਨੀ, ਸ਼ੇਰਾਂ ਦੀ ਕੌਮ ਨੂੰ ਗਿੱਦੜ ਬਣਾਉਣ ਦੀਆਂ ਚਾਲਾਂ ਤੁਹਾਡੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸਰਦਾਰ ਕੁਲਵੰਤ ਸਿੰਘ ਨੇ ਇੱਕ ਕਿਤਾਬ ਲਿਖੀ ਹੈ ਸੱਚ ਸੁਣਾਈ ਜੀ ਸੱਚੀ ਬੇਲਾ, ਉਹਦੇ ਵਿੱਚ ਇੱਕ ਉਹਨਾਂ ਦਾ ਚੈਪਟਰ ਹੈਗਾ ਵਾ ਸ਼ੇਰਾਂ ਦੀ ਕੌਮ ਨੂੰ ਗਿੱਦੜ ਬਣਾਉਣ ਦੀਆਂ ਚਾਲਾਂ। ਉਹਨਾਂ ਦਾ ਕਹਿਣ ਤੋਂ ਭਾਵ ਇਹ ਆ ਵੀ ਜਿਹੜਾ ਸਾਡਾ ਇਹ ਮਾਮਲਾ ਹੈਗਾ ਵਾ, ਜਿਹੜੀ ਤਾਮ ਸਿੰਘ ਭੋਜਨ ਦੀ ਗੱਲ ਕੀਤੀ ਜਾਂਦੀ ਆ, ਜਿਹੜੇ ਸਿੰਘ ਸੀਗੇ ਉਹ ਦਾਲ ਪੀ ਕੇ ਨੀ ਲੜ ਸਕਦੇ, ਉਹ ਤਾਂ ਕਿਤੇ ਫੌਜ ਕੋਈ ਵੀ ਨਹੀਂ ਲੜਦੀ ਸੀ ਦਾਲ ਪੀ ਕੇ, ਤਾਂ ਕਿਤੇ ਉਹ ਪਦਾਰਥ ਮੁੱਦਾ ਖਾਂਦੇ ਸੀ ਫਿਰ ਲੜਦੇ ਸੀਗੇ। ਸਭ ਤੋਂ ਵੱਡੀ ਗੱਲ ਤੁਹਾਨੂੰ ਮੈਂ ਦੱਸਦਾ ਵੀ ਇਹਨੇ ਜਦੋਂ ਇਹਨਾਂ ਅੰਗਰੇਜ਼ਾਂ ਨੇ ਮਨਾ ਕਰਤਾ ਵੀ ਤੁਸੀਂ ਝਟਕਾ ਨਹੀਂ ਕਰ ਸਕਦੇ ਜੀ, ਤੇ 29 ਤੇ 30 ਅਗਸਤ 1937 ਨੂੰ ਇੱਕ ਮੋਰਚਾ ਲੱਗਾ ਸੀ ਝਟਕਾ ਮੋਰਚਾ, ਤੁਹਾਨੂੰ ਪਤਾ ਹੋਏਗਾ ਸ਼ਾਇਦ। ਨਹੀਂ ਮੈਨੂੰ ਨੀ ਸਰ। ਇਹ ਮੋਰਚਾ ਸ਼ੇਖੂਪੁਰਾ ਪਾਕਿਸਤਾਨ ਚ ਲੱਗਾ ਸੀ ਤੇ ਉਹਦੇ ਵਿੱਚ 100 ਬੱਕਰੇ ਵੱਢੇ ਗਏ ਸੀਗੇ। ਅੱਛਾ ਜੀ, ਜਿਹੜੇ ਸਿੰਘਾਂ ਨੇ ਛਕੇ ਕਹਿਤਾ ਵੀ ਝਟਕਾ ਅਸੀਂ ਸ਼ੁਰੂ ਤੋਂ ਕਰਦੇ ਸੀ, ਝਟਕਾ ਫਾਂਗੇ ਅਸੀਂ ਲਾਲ ਨਹੀਂ ਖਾਵਾਂਗੇ,
ਇਤਰਾਜ ਕੀਤਾ ਸੀ ਮੁਸਲਮਾਨਾਂ ਨੇ ਵੀ ਇਹ ਝਟਕਾ ਨੀ ਬਣਾ ਸਕਦੇ, ਹਲਾਲ ਕਰਨਾ ਕਰ, ਝਟਕਾ ਨੀ ਕਰ ਸਕਦੇ, ਤੇ ਅੰਗਰੇਜ਼ਾਂ ਨੇ ਅੱਖੀ ਮੰਨ ਲਈ ਸੀ ਤੇ ਸਿੰਘਾਂ ਨੇ 100 ਬੱਕਰੇ ਵੱਢ ਕੇ ਬਕਾਇਦਾ ਤੌਰ ਤੇ ਝਟਕਾ ਮੋਰਚਾ ਲਾਇਆ ਸੀਗਾ ਉਦੋਂ। ਇਹ ਗੱਲ ਸੱਚੀ ਆ ਝੂਠੀ ਆ ਇਤਿਹਾਸ ਦੇ ਪੰਨਿਆਂ ਤੇ ਲਿਖੀ ਆ, ਇਹ ਹੁਣ ਇਤਿਹਾਸ ਜਾਣੇ। ਇਹ ਮੈਂ ਤੁਹਾਨੂੰ ਕਿਤਾਬ ਵੀ ਦੱਸਦੀ ਆ, ਉਹਦਾ ਜਿਹੜਾ ਚੈਪਟਰ ਉਹ ਵੀ ਦੱਸਦਾ ਵਾ, ਉਹਦੇ ਪੇਜ ਨੰਬਰ ਵੀ ਤੁਹਾਨੂੰ ਜਿਹੜਾ ਪੇਜ ਨੰਬਰ ਵੀ ਉਹਦਾ ਹੈਗਾ ਜੇ ਕੋਈ 142 ਨੰਬਰ ਪੇਜ ਜਿੱਥੇ ਠੀਕ ਆ ਜਿੱਥੇ ਇਹ ਪਾਠ ਹੈਗਾ ਸਾਰਾ ਆਰਟੀਕਲ ਹੈਗਾ ਜਿਹੜਾ ਛਪਿਆ ਉਹਦਾ। ਇਸ ਕਰਕੇ ਇਹ ਕਹਿੰਦੇ ਤਾਮ ਸਿੰਘ ਭੋਜਨ ਬਣਦਾ, ਚਲੋ ਉਹ ਵੀ ਛੱਡ ਦਿਓ ਤੁਸੀਂ। ਅੱਗੇ ਆਪਾਂ ਇਹ ਚੱਲਦੇ ਉਹ ਕਹਿੰਦੇ ਆ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਜਿਹੜੀ ਆ ਉਹ 6-6 ਮਹੀਨੇ ਅਲਮਾਰੀ ਚ ਪਈ ਜਾਂਦੀ। ਅੱਛਾ ਜੀ। ਕਿਉਂਕਿ ਪ੍ਰਿੰਸੀਪਲ ਸਭ ਵਿਦੇਸ਼ ਚਲ ਜਾਂਦੇ ਸੀ, ਕੈਨੇਡਾ ਚਲ ਜਾਂਦੇ ਸੀ, ਉਹਨਾਂ ਪਰਿਵਾਰ ਉੱਥੇ ਤੇ ਫਿਰ ਬੀੜ ਪਈ ਰਹਿੰਦੀ ਸੀਗੀ। ਉਹ ਵੇਚ ਵੀ ਨਹੀਂ, ਕਹਿੰਦੇ ਅਸੀਂ ਬੜੀ ਸਤਿਕਾਰ ਨਾਲ ਉਹਨਾਂ ਨੂੰ ਮਨਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਲੈ ਕੇ, ਪ੍ਰਿੰਸੀਪਲ ਸਾਹਿਬ ਜੇ ਤੁਸੀਂ ਪਾਠ ਕਰਨਾ ਬੀੜ ਤਾਂ ਤੁਸੀਂ ਗੁਰਦੁਆਰੇ ਜਾ ਕੇ ਵੀ ਕਰ ਸਕਦੇ, ਤੁਹਾਡੀ ਬੀੜ ਅਸੀਂ ਚੁੱਕ ਕੇ ਗੁਰਦੁਆਰੇ ਪਹੁੰਚਾ ਦਿੰਦੇ ਹਾਂ। ਅਸੀਂ ਇਦੋਂ ਵੱਧ ਕੋਈ ਕੁਤਾਹੀ ਨਹੀਂ ਕੀਤੀ ਤੇ ਜਥੇਦਾਰ ਜਿਹੜਾ ਬਿਆਨ ਦਿੱਤਾ ਸਾਨੂੰ ਉੱਤੇ ਰਾਂਝਾ ਉਹਨੂੰ ਚਾਹੀਦਾ ਵੀ ਸਾਨੂੰ ਬੁਲਾਉਂਦਾ, ਸਾਡੇ ਨਾਲ ਗੱਲ ਕਰਦਾ, ਫਿਰ ਜੋ ਮਰਜ਼ੀ ਕਰਦਾ, ਸਾਡਾ ਪੱਖ ਜ਼ਰੂਰ ਸੁਣਦਾ। ਹੁਣ ਸਤਿਕਾਰ ਕਮੇਟੀ ਤੇ ਅਕਾਲ ਤਖ਼ਤ ਸਾਹਮਣੇ ਸਾਹਮਣੇ ਹੋ ਗਿਆ, ਅੱਗੇ ਵੇਖੋ ਕੀ ਬਣਦਾ। ਉਹਨਾਂ ਨੇ ਵੀ ਜ਼ਿਕਰ ਕੀਤਾ ਵੀ 2016 ਦੇ ਵਿੱਚ ਅੱਗ ਲੱਗੀ ਤੇ 2020 ਚ ਆ ਕੇ ਤੁਹਾਡੇ ਸਰੂਪ ਕੋ ਮੈਂ ਲੱਭਣੀ ਡਿਆ, ਸਾਨੂੰ ਤੁਸੀਂ ਕੀ ਕਹਿੰਦੇ ਹੋ? ਪਹਿਲਾਂ ਆਪਣਾ ਘਰ ਸੰਭਾਲੋ, ਉਹਨਾਂ ਤੇ ਤਰਨ ਕਰੋ ਜਿਹੜੇ ਬੰਦੇ ਨੇ ਕਰਤੂਤ ਭੋਲੀ ਆ। ਅਗਲੀ ਗੱਲ ਨਾਲ ਹੀ ਦੱਸਦਿਆਂ ਜੀ, ਜਿਹੜੀ ਅੱਜ ਰਿਪੋਰਟ ਦੇਣੀ ਸੀ ਇੱਕ ਮਹੀਨੇ ਦੇ ਵਿੱਚ, ਜਿਹੜੀ ਕਮੇਟੀ ਬਣੀ ਸੀ ਡਾਕਟਰ ਈਸ਼ਰ ਸਿੰਘ ਜੀ ਤਹਿਤ ਪੜਤਾਲ ਵਾਸਤੇ, ਉਹਨੇ ਰਿਪੋਰਟ ਨਹੀਂ ਦਿੱਤੀ। ਉਮੀਦ ਆ ਵੀ ਅਗਲੇ 2-4 ਦਿਨ ਚ ਇੱਕ ਰਿਪੋਰਟ ਸਬਮਿਟ ਕਰ ਦੇਣਗੇ। ਰਿਪੋਰਟ ਸਬਮਿਟ ਕਰਨ ਤੋਂ ਬਾਅਦ 24 ਤਰੀਕ ਨੂੰ ਸ਼ਾਇਦ ਅਕਾਲ ਤਖ਼ਤ ਤੇ ਪੰਜ ਸਿੰਘ ਦੀ ਮੀਟਿੰਗ ਹੋ ਰਹੀ ਆ, ਉਹਦੇ ਵਿੱਚ ਇਹ ਸਰਚਾਨ ਦਾ ਲੈ ਲਓ ਮੁੱਦਾ, ਤੁਸੀਂ ਇਹਨਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦਾ ਮੁੱਦਾ ਲੈ ਲਓ, ਇਹ ਦੂਸਰਾ ਮੁੱਦਾ ਜਿਹੜਾ ਸੀ ਦੂਸਰਾ ਪਾਠ ਬੀੜਾ ਵਾਲਾ, ਉਹਦੇ ਚ ਵਿਚਾਰੇ ਜਾਣ ਦੀ ਸੰਭਾਵਨਾ ਹੈ ਜੀ। ਕਾਲ ਲੈ ਕੇ ਫਿਰ ਇਜਾਜ਼ਤ ਲਵਾਂਗੇ ਜੀ, ਡਾਕਟਰ ਸ਼ਿੰਦਰ ਕੌਰ ਹੋਰਾਂ ਨੇ ਵੀ ਆਉਣਾ। ਜੀ ਤੁਸੀਂ ਆਉਣੇ ਦਿੱਤਾ, ਇੱਕ ਮਿੰਟ ਦੇ, ਮੈਨੂੰ ਉਲਟ ਪੁਲਟ ਕਰਨੀ ਪੈਂਦੀ ਹੈ ਜੀ। ਜੀ ਹਾਂਜੀ, ਸਤਿ ਸ੍ਰੀ ਅਕਾਲ। ਹਾਂਜੀ ਦਾਨੀਆਲ ਸਾਹਿਬ, ਮੈਂ 2016 ਤੇ 17 ਦੇ ਵਿੱਚ ਤੁਹਾਡੇ ਨਾਲ ਜੀ ਆਵਾਜ਼ ਨੀ ਆ ਰਹੀ ਜੀ ਤੁਸੀਂ? ਹਾਂਜੀ ਹੁਣ ਆ ਰਹੀ ਹੈ ਜੀ? ਹਾਂਜੀ ਆ ਰਹੀ ਆ ਰਹੀ। ਹਾਂ, 2016 ਤੇ 17 ਦੇ ਵਿੱਚ ਮੈਂ ਤੁਹਾਡੇ ਰੇਡੀਓ ਨਾਲ ਜੁੜਿਆ ਹੋਇਆ ਸੀਗਾ, ਤੇ ਉਸ ਤੋਂ ਬਾਅਦ ਥੋੜੇ ਮੈਂ ਘਰੇਲੂ ਕੰਮਾਂ ਕਰਕੇ ਜਾਂ ਕਾਰਨਾਂ ਕਰਕੇ ਇਸ ਚੈਨਲ ਤੋਂ ਬਾਹਰ ਹੋਇਆ ਜੀ। ਤੇ ਹੁਣ ਤੁਹਾਡੀ ਜਦੋਂ ਪ੍ਰਤਾਪ ਬਾਜਵਾ ਜੀ ਨਾਲ ਇੰਟਰਵਿਊ ਹੋਈ ਜੀ, ਉਹ ਇੰਟਰਵਿਊ ਤੋਂ ਮੈਂ ਇੰਨਾ ਪ੍ਰਭਾਵਿਤ ਹੋਇਆ ਤੇ ਮੈਂ ਦੁਬਾਰਾ ਤੁਹਾਡਾ ਜਿਹੜਾ ਇਹ ਰੇਡੀਓ ਚੈਨਲ ਇਹਨੂੰ ਕੀਤਾ, ਤੇ ਅੱਜ ਮੈਂ ਸਵੇਰੇ ਗੱਲ ਕੀਤੀ ਸੀਗੀ ਸਿਮਰਜੀਤ ਕੌਰ ਉਹਨਾਂ ਦਾ, ਤੇ ਮੈਨੂੰ ਤੁਹਾਡੀ ਇੰਟਰਵਿਊ ਦੇਖ ਕੇ ਬਹੁਤ ਜ਼ਿਆਦਾ ਤੁਹਾਡੇ ਤੇ ਫਖਰ ਹੋਇਆ। ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ ਜੀ, ਥੈਂਕ ਯੂ ਥੈਂਕ ਯੂ। ਤੇ ਵੈਸੇ ਪ੍ਰਤਾਪ ਬਾਜਵਾ ਨੇ ਜਿਹੜਾ ਇੱਕ ਗੱਲ ਕਹੀ ਨਾ ਤੁਹਾਨੂੰ ਜੀ, ਉਹ ਅੱਜ ਦੀ ਰਾਜਨੀਤੀ ਦਾ ਜੀ ਸਭ ਤੋਂ ਵੱਡਾ ਕਲੰਕ ਹੈ। ਮੈਨੂੰ ਬੜੇ ਬੰਦਿਆਂ ਦੇ ਆਏ, ਬੜਿਆਂ ਦੇ ਫੋਨ ਆਏ, ਕਹਿੰਦੇ ਤੁਹਾਨੂੰ ਉੱਠ ਕੇ ਆ ਜਾਣਾ, ਅਸੀਂ ਪੱਟੀ ਸਾਹਿਬ ਵੀ ਹੈਗੇ ਆ। ਦੇਖੋ ਪੱਤਰਕਾਰ ਜਿਹੜੇ ਹੁਣ ਨਵੇਂ ਤੁਸੀਂ ਪੱਤਰਕਾਰ ਦੇਖਦੇ ਹੋ ਨਾ, ਹੁਣ ਤੁਸੀਂ ਫੇਸਾਂ ਪੇਜਾਂ ਤੇ ਦੇਖੋ, ਪੱਤਰਕਾਰ ਬਣ ਗਿਆ, ਫਲਾਨੇ ਦੇ ਘਰੇ ਪੱਤਰਕਾਰ ਕੱਢ ਲਿਆ, ਸੱਚਾਈ ਪੱਤਰਕਾਰ। ਪੱਤਰਕਾਰ ਤਾਂ ਬਹੁਤ ਇੱਕ ਡੂੰਘੀ ਆ ਪੱਟੀ ਸਾਹਿਬ, ਤੁਸੀਂ ਤੁਹਾਨੂੰ ਪੱਤਰਕਾਰ ਜਿਹੜਾ ਨਾ ਉਹਨੇ ਗੱਲ ਕਢਾਉਣੀ ਹੁੰਦੀ, ਅਗਲੇ ਦੇ ਮੂੰਹੋਂ ਬੁਲਾਉਣਾ ਹੁੰਦਾ, ਆਪਦਾ ਟੈਂਪਰ ਵੀ ਲੂਜ਼ ਕਰਨਾ ਹੁੰਦਾ ਉਹਨੇ। ਕਢਾਉਣੀ ਹੁੰਦੀ ਹੈ ਵੀ ਉਹ ਤੁਸੀਂ ਕਢਾਈ ਆ ਉਹਦੇ ਮੂੰਹੋਂ, ਉਹਦੇ ਚ ਉਹ ਕਹਿੰਦਾ ਤੁਹਾਨੂੰ ਮੈਂ ਲੰਮੇ ਪਾ ਲੈਂਦਾ। ਕੋਈ ਗੱਲ ਨੀ, ਵੇਖੀ ਜਾਂਦੀ ਬਾਅਦ ਜਦੋਂ ਪਾਉਂਦਾ ਵੇਖ ਲੈਂਦੇ ਉਹ ਤਾਂ ਗੱਲ ਇਹ ਸੀ ਮਤਲਬ। ਹਾਂ ਜੀ, ਨਹੀਂ ਉਹ ਮਤਲਬ ਇਹ ਸੀਗਾ ਨਾ ਵੀ ਉਹ ਰਾਜਨੀਤਿਕ ਧੌਂਸ ਦਿਖਾਉਂਦਾ ਸੀਗਾ। ਮੇਰੀ ਗੱਲ ਸੁਣੋ ਜੀ, ਪ੍ਰਤਾਪ ਸਿੰਘ ਬਾਜਵਾ ਦਾ ਪਿਛੋਕੜ ਤੁਸੀਂ ਵੇਖ ਲੋ ਜਾ ਕੇ, ਫੇਰ ਸਾਡੇ ਨਾਲ ਤੁਸੀਂ ਗੱਲ ਕਰਿਓ। ਜਿਹੜੀ ਰਾਜਨੀਤੀ ਉਹ ਬੜੇ ਸੁਲਝੇ ਤੇ ਸਿਆਣੇ ਬੰਦਿਆਂ ਦੀ ਹੁੰਦੀ ਸੀ। ਬਿਲਕੁਲ ਜੀ,
ਸਾਡੀ ਰਾਜਨੀਤੀ ਦੇ ਵਿੱਚ 2014 ਵਿੱਚ ਸਾਡੇ 183 ਜਿਹੜੇ ਮੈਂਬਰ ਸੀ ਉਹ ਚੁਣੇ ਗਏ ਜਿਹਨਾਂ ਬਲਾਤਕਾਰ ਕੀਤੇ, ਜਿਹਨਾਂ ਡਾਕੇ ਮਾਰੇ ਨੇ, ਜਿਹਨਾਂ ਕਤਲ ਕੀਤੇ ਨੇ, ਜਿਹਨਾਂ ਦੇ ਇਰਾਦਾ ਕਤਲ ਦੇ ਮੁਕਦਮੇ ਚੱਲਦੇ ਨੇ। ਦੋ ਹਜ਼ਾਰ 2019 ਗਿਣਤੀ ਵੱਧ ਕੇ 243 ਹੋ ਗਈ, 50 ਵੱਧ ਗਏ। ਜੇ ਹੁਣ ਤੁਸੀਂ ਗੱਲ ਕਰਦੇ ਹੋ ਜੇ 50 ਬੰਦੇ 2024 ਚ ਵੱਧ ਜਾਂਦੇ ਤੇ ਜਿਹੜੀ ਸਾਡੀ ਸਰਕਾਰ ਇਹੋ ਜਿਹੇ ਬਦਮਾਸ਼ਾਂ ਦੀ ਬਣੇਗੀ ਜਿੰਨਾ ਕੋਲ ਮੁਕਦਮੇ ਚੱਲਦੇ। 272 ਨੰਬਰ ਚਾਹੀਦੇ, 283 ਤੱਕ ਸਰਕਾਰ ਉਹਨਾਂ ਦੀ ਬਣ ਜਾਣੀ। ਬਿਲਕੁਲ ਪੱਟੀ ਸਾਹਿਬ, ਮੈਨੂੰ ਇਜਾਜ਼ਤ ਦਿਓ, ਤੁਹਾਡਾ ਵੀ ਸਮਾਂ ਹੋ ਗਿਆ ਤੇ ਉਧਰ ਡਾਕਟਰ ਸਿੰਦਰ ਕੌਰ ਹੋਰਾਂ ਨੂੰ ਵੀ ਮੈਂ ਲੈ ਲਾਂ ਜੀ ਅੱਜ, ਉਹਨਾਂ ਨਾਲ ਵੀ ਕਾਫੀ। ਠੀਕ ਕਰੋ ਜੀ, ਕਰੋ ਮਿਹਰਬਾਨੀ। ਮੈਨੂੰ ਬਸ ਇੱਕ ਗੱਲ ਦੱਸ ਕਿ ਆ ਜਿਹੜੀ ਤੂੰ ਟ੍ਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਰ ਸਟ੍ਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਟੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066 ਯਾਨੀ 360-652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੋਸਟ ਹਿੱਲ ਟ੍ਰੈਵਲ ਸੈਂਟਰ, 14814 ਐਲੋਮ ਸਟ੍ਰੀਟ, ਲੋਸਟ ਹਿਲਸ। ਫੋਨ ਨੰਬਰ 661-797-2354। PGI ਚੰਡੀਗੜ੍ਹ ਅਤੇ ਮੈਕਸ ਹਸਪਤਾਲ ਬਠਿੰਡਾ ਦੇ ਮਾਨਸਿਕ ਰੋਗਾਂ ਅਤੇ ਨਸ਼ਾ ਛੁਡਾਉਣ ਦੇ ਮਾਹਿਰ ਡਾਕਟਰ ਸਤੀਸ਼ ਥਾਪਰ ਹੁਣ ਆਪਣੇ ਕਲੀਨਿਕ ਵਿੱਚ ਹਰ ਰੋਜ਼ ਸਵੇਰੇ 9 ਵਜੇ ਤੋਂ 12 ਵਜੇ ਤੱਕ ਅਤੇ ਫਿਰ 2 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਸਲਾਹ ਲਈ ਮਿਲਣਗੇ। ਪਤਾ ਨੋਟ ਕਰ ਲੋ, ਡਾਕਟਰ ਸਤੀਸ਼ ਥਾਪਰ, ਇੰਟੀਗ੍ਰੇਟਿਵ ਸਾਈਕੇਟ੍ਰਿਕ ਕੇਅਰ, ਸਾਹਮਣੇ ਗੁਰਦੁਆਰਾ ਸਾਹਿਬ, ਨਾਮਦੇਵ ਰੋਡ, ਬਠਿੰਡਾ। ਸੰਪਰਕ ਨੰਬਰ 9812-32345 ਯਾਨੀ ਕਿ 9814232345। ਟਰੈਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ। ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਂਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾਂ ਬਾਇਓ ਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ, ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ, ਦੋ ਪਰੌਂਠੇ ਸਿਰਫ 499 ਚ, ਟਰੱਕ ਡਰਾਈਵਰ ਵੀਰਾਂ ਲਈ ਟੂ ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ, ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ। ਸੁਖੀ ਘੁੰਮਣ 6615888-8858-858-88-58, ਐਡਰੈਸ 2201 ਸਾਊਥ ਯੂਨੀਅਨ ਐਵੀਨਿਊ, ਬੇਕਰਸਫੀਲਡ, ਕੈਲੀਫੋਰਨੀਆ 93307। ਯੂਨੀਅਨ ਵਿਲੇਜ। ਜੇਬੀ ਟਰੱਕ ਰਿਪੇਅਰ, ਯੂਪਾ ਸਿਟੀ, ਸਰਟੀਫਾਈਡ ਕਿਊਮਿਨਸ, ਡੈਟਰਾਇਟ ਫਰੀਟਲਾਈਨਰ, ਵੈਸਟਰਨ ਸਟਾਰ, ਵੋਲਵੋ, ਕੈਟਰਪਿਲਰ ਅਤੇ ਸੀਰੀਜ਼ 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟ੍ਰਾਂਸਮਿਸ਼ਨਸ, 5 ਸਾਲ ਦਾ ਫਰੀਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ, ਇਹ ਇੰਜਨ, ਟਰੱਕ, ਟ੍ਰੇਲਰ, ਏਸੀ, ਇਲੈਕਟ੍ਰੀਕਲ, ਡੀਪੀਐਫ, ਡੀਈਐਫ ਰਿਪੇਅਰ ਕਰਦੇ ਹਨ, ਟ੍ਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ, ਸਰਟੀਫਾਈਡ 90 ਡੇ ਡੀਓਟੀ ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ ਡੀਓਟੀ ਇੰਸਪੈਕਸ਼ਨ ਕਰਦੇ ਹਨ, 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7, ਨਵੇਂ ਕਸਟਮਰ ਲਈ 10% ਡਿਸਕਾਊਂਟ, ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916-696-0634 ਜਾਂ ਜਗਰਾਜ ਬਲ 530-339-15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। 24/7 ਰੋਡ ਸਾਈਡ ਅਸਿਸਟੈਂਸ ਹੈ ਜੀ, ਬਿਲਕੁਲ ਟਰਾਂਸ ਕੈਨੇਡਾ ਚੱਲਣ ਵਾਲੇ ਟਰੱਕਰ ਵੀਰਾਂ ਦੇ ਲਈ। ਤੁਸੀਂ ਜਦੋਂ ਮਰਜ਼ੀ ਜਾਓ ਆਪਣੇ ਟਰੱਕ ਦੀ, ਕਿਤੇ ਰਾਹ ਜਾਂਦਿਆਂ ਵਿੰਡ ਸਕਰੀਨ ਵੀ ਟੁੱਟ ਭੱਜ ਜਾਂਦੀ ਹੈ ਤਾਂ ਤੁਸੀਂ ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ, 200 ਟਰਾਂਸਪੋਰਟ ਰੋਡ, ਵਿਨੀਪੈਗ ਜਿਹੜਾ ਜੀ, ਤੁਸੀਂ ਸੰਪਰਕ ਕਰ ਸਕਦੇ ਹੋ 204-777-0046। ਬਲਤੇਜ ਪਨੇਸਰ ਹੋਰਾਂ ਦੇ ਨਾਲ, ਇਨ੍ਹਾਂ ਦਾ ਗੌਰਮੈਂਟ ਰੂਪ ਟਰੱਕ ਸ਼ਾਪ ਹੈ ਜੀ। ਡੀਓਟੀ ਸੇਫਟੀ ਇੰਸਪੈਕਸ਼ਨ ਤੇ ਟਰੱਕ ਟ੍ਰੇਲਰ ਤੋਂ ਲੈ ਕੇ ਟਰੱਕਾਂ ਦਾ ਸਾਰਾ ਕੰਮ ਕੀਤਾ ਜਾਂਦਾ ਹੈ। ਤੇ ਕੋਵਿਡ-19 ਕਰਕੇ ਜਿਹੜੇ ਕੁਇਕ ਟਰੱਕ ਲਿਊਬ ਦੇ ਕਸਟਮਰ ਸੀਗੇ ਜੀ, ਉਨ੍ਹਾਂ ਨੂੰ ਇੱਕ ਖਾਸ ਸੂਚਨਾ ਦਿੱਤੀ ਜਾਂਦੀ ਹੈ ਕਿ ਹੁਣ ਜਿਹੜੀ ਹੈ ਜੀ
ਇਹ ਕੁਇਕ ਟਰੱਕ ਲੂਪ ਦੀਆਂ ਤਿੰਨੇ ਲੋਕੇਸ਼ਨਾਂ ਨਾਰਮਲ ਵਰਕਿੰਗ ਆਵਰਸ ਦੇ ਵਿੱਚ ਕੰਮ ਕਰ ਰਹੀਆਂ ਨੇ। ਮੰਡੇ ਟੂ ਫਰਾਈਡੇ 8 ਵਜੇ ਤੋਂ ਲੈ ਕੇ ਸਵੇਰੇ 10 ਵਜੇ ਰਾਤ ਤੱਕ ਤੇ ਸੈਟਰਡੇ ਨੂੰ ਸਵੇਰੇ 8 ਵਜੇ ਤੋਂ 3 ਵਜੇ ਤੱਕ। ਸੋ ਤਿੰਨੇ ਲੋਕੇਸ਼ਨਾਂ